ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁਖਾਂ ਦੇ ਸਾਗਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸੰਗਤ ਜੀ ਬੜੇ ਹੀ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀਵਾਰ ਕਥਾ ਜਗਤ ਗੁਰੂ ਸਤਿਗੁਰੂ ਗੁਰੂਆਂ ਦੇ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੁਨੀਆਂ ਨੂੰ ਤਾਰ ਰਹੇ ਹਨ ਬੇਅੰਤ ਥਾਵਾਂ 'ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਵਿਚਰੇ ਤੁਸੀਂ ਲੜੀਵਾਰ ਕਥਾ ਸਰਵਣ ਕੀਤੀ ਹੈ ਬੇਅੰਤ ਹੀ ਥਾਵਾਂ 'ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਵਿਚਰੇ ਹਨ ਜਿਨ੍ਹਾਂ ਜਿਨ੍ਹਾਂ ਅਸਥਾਨਾਂ 'ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਗਏ ਹਨ ਉਹ ਅਸਥਾਨ ਹੁਣ ਪ੍ਰਗਟ ਹੋ ਰਹੇ ਹੈ ਜੀ ਹੁਣ ਪ੍ਰਗਟ ਹੋ ਰਹੇ ਹੈ ਬਹੁਤ ਸਾਰੇ ਗ੍ਰੰਥ ਹੁਣ ਪ੍ਰਗਟ ਹੋ ਰਹੇ ਹੈ ਸਾਧ ਸੰਗਤ ਜੀ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜਿੱਥੇ ਜਿੱਥੇ ਗਏ ਹੈ ਉਹਨਾਂ ਉਹਨਾਂ ਅਸਥਾਨਾਂ ਤੋਂ ਪ੍ਰਾਪਤ ਹੋਏ ਹੈ ਜੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੁਨੀਆਂ ਨੂੰ ਤਾਰਦੇ ਹੋਏ ਸੰਸਾਰ ਦਾ ਭਲਾ ਕਰਦੇ ਹੋਏ ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਪਾਕ ਪੱਟਣ ਦੀ ਧਰਤੀ ਤੋਂ ਬਗਦਾਦ ਦੀ ਧਰਤੀ 'ਤੇ ਪਹੁੰਚੇ ਹੈ ਜੀ ਬਗਦਾਦ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਹੈ ਇੱਕ ਪੀਰ ਰਹਿੰਦਾ ਹੈ ਜਿਹਦੇ ਮਨ ਵਿੱਚ ਹਉਮੈ ਬਹੁਤ ਜ਼ਿਆਦਾ ਹੈ ਜਿਸ ਦਾ ਨਾਮ ਹੈ ਪੀਰ ਦਸਤਗੀਰ ਪੀਰ ਦਸਤਗੀਰ ਦਾ ਬਗਦਾਦ ਦੇ ਵਿੱਚ ਹੁਕਮ ਚੱਲਦਾ ਹੈ ਜੀ ਉੱਥੋਂ ਦੇ ਲੋਕਾਂ ਨੇ ਤਾਂ ਉਂਝ ਕਰਨਾ ਹੀ ਹੈ ਜਿਵੇਂ ਦਸਤਗੀਰ ਕਹਿੰਦਾ ਹੈ ਖੁਦ ਉਸ ਦੇਸ਼ ਦਾ ਬਾਦਸ਼ਾਹ ਰਾਜਾ ਜਿਹੜਾ ਹੈ ਨਾ ਉਹ ਵੀ ਪੀਰ ਦਸਤਗੀਰ ਦੇ ਅਨੁਸਾਰ ਚੱਲਦਾ ਹੈ ਜੀ ਪੀਰ ਦਸਤਗੀਰ ਉਸ ਜਿੱਥੇ ਰਹਿੰਦਾ ਹੈ ਗੁਰੂ ਸਾਹਿਬ ਉੱਥੋਂ ਕੁਝ ਦੂਰੀ 'ਤੇ ਬਾਹਰ ਜਾ ਕੇ ਪਾਣੀ ਲਾਗੇ ਮਹਾਰਾਜ ਗਰੀਬ ਨਿਵਾਜ ਬੈਠ ਗਏ ਹੈ ਪਾਣੀ ਦੇ ਸੋਮੇ ਲਾਗੇ ਜਲ ਦੇ ਸੋਮੇ ਦੇ ਲਾਗੇ ਮਹਾਰਾਜ ਨੇ ਰਾਤ ਬਤੀਤ ਕੀਤੀ ਅੰਮ੍ਰਿਤ ਵੇਲਾ ਹੋਇਆ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸੁਚੇਤ ਹੋਏ ਹੈ ਮੁੜ ਮਹਾਰਾਜ ਆਪ ਜਪਜੀ ਸਾਹਿਬ ਜੀ ਦਾ ਪਾਠ ਬੋਲ ਕੇ ਕਰਦੇ ਹੈ ਜੀ ਕੱਲ੍ਹ ਵੀ ਬੇਨਤੀ ਕੀਤੀ ਸੀ ਅੱਜ ਫਿਰ ਕਰਾਂਗਾ ਇਹ ਬਹੁਤ ਜ਼ਰੂਰੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਿੱਖ ਖਵਾਉਂਦਾ ਹੈ ਪਿਆਰਿਓ ਉਹਦੇ ਵਾਸਤੇ ਜਪਜੀ ਸਾਹਿਬ ਦਾ ਪਾਠ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਰਹਿਤਨਾਮਿਆਂ ਵਿੱਚ ਬਚਨ ਆਉਂਦੇ ਹੈ ਸਿੱਖੀ ਵਾਲਾ ਪਹਿਰਾਵਾ ਪਾਇਆ ਹੈ ਜੇ ਜਪਜੀ ਸਾਹਿਬ ਨਹੀਂ ਆਉਂਦਾ ਕੰਠ ਨਹੀਂ ਕੀਤਾ ਜਾਂ ਨਹੀਂ ਪੜ੍ਹਦਾ ਤਾਂ ਉਹ ਭੇਖੀ ਹੈ ਉਹ ਮੂੜਾ ਹੈ ਮੂਰਖ ਹੈ ਜਪਜੀ ਸਾਹਿਬ ਮਹਾਰਾਜ ਆਪ ਪੜ੍ਹਦੇ ਹੈ ਸੱਚੇ ਪਾਤਸ਼ਾਹ ਮਹਾਰਾਜ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੈ ਲਾਗੋਂ ਬਗਦਾਦ ਦਾ ਵਾਹਿਗੁਰੂ ਦਸਤਗੀਰ ਦਾ ਇੱਕ ਚੇਲਾ ਲੰਘਿਆ ਉਹ ਇਸ਼ਨਾਨ ਕਰਨ ਵਾਸਤੇ ਆਇਆ ਸੀ ਅਸਲ ਵਿੱਚ ਇਹ ਖੇਡ ਮਹਾਰਾਜ ਨੇ ਆਪ ਹੀ ਬਣਾਈ ਸੀਗੀ ਜਾਣ ਕੇ ਮਹਾਰਾਜ ਜਲ ਦੇ ਸੋਮੇ ਲਾਗੇ ਟਿਕੇ ਸਨ ਉਹ ਚੇਲਾ ਇਸ਼ਨਾਨ ਕਰਨ ਜਦੋਂ ਆਇਆ ਮਹਾਰਾਜ ਪਾਠ ਕਰ ਰਹੇ ਸਨ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਉਹ ਇਸ਼ਨਾਨ ਕਰਦਾ ਪਾਠ ਸੁਣੀ ਜਾਵੇ ਉਹਦੇ ਮਨ 'ਚ ਅਚੰਭਾ ਆਇਆ ਨਾਲ ਹੀ ਇਸ਼ਨਾਨ ਕਰਕੇ ਜਦੋਂ ਨੂੰ ਬਾਹਰ ਆਇਆ ਪਾਠ ਸੰਪੂਰਨ ਹੋ ਗਿਆ ਭਾਈ ਮਰਦਾਨਾ ਜੀ ਨੇ ਕੀਰਤਨ ਆਰੰਭ ਕਰ ਦਿੱਤਾ ਜੀ ਉਹ ਖਲੋਤਾ ਰਿਹਾ ਕੁਝ ਸਮਾਂ ਸੁਣ ਕੇ ਚਲੇ ਗਿਆ ਦਸਤਗੀਰ ਨੂੰ ਜਾ ਕੇ ਆਖਿਆ ਪੀਰ ਜੀ ਇੱਥੇ ਤਾਂ ਬੜੀ ਸਾਡੇ ਲਾਗੇ ਹੀ ਤੁਹਾਡੇ ਹੁਕਮ ਦੀ ਅਦੂਲੀ ਹੋ ਰਹੀ ਹੈ ਰਾਗ ਵੀ ਗਾਇਆ ਜਾ ਰਿਹਾ ਅਤੇ ਦੂਜਾ ਤੁਸੀਂ ਸਾਨੂੰ 14 ਤਬਕ ਦੱਸੇ ਹੈ ਸੱਤ ਪਤਾਲ ਅਤੇ ਸੱਤ ਆਕਾਸ਼ ਇਹ ਲੱਖਾਂ ਦੀ ਗਿਣਤੀ ਕਰ ਰਹੇ ਹੈ ਇਹ ਕੁਰਾਨ ਸ਼ਰੀਫ ਦੇ ਉਲਟ ਚੱਲ ਰਹੇ ਹੈ ਪੀਰ ਨੂੰ ਬੜਾ ਗੁੱਸਾ ਚੜ੍ਹਿਆ ਪੀਰ ਨੇ ਉਸੇ ਵੇਲੇ ਸਾਰੀ ਉਮਤ ਨੂੰ ਬਗਦਾਦ ਦਿਆਂ ਲੋਕਾਂ ਨੂੰ ਹੁਕਮ ਕੀਤਾ ਜਾਓ ਜਾ ਕੇ ਸੰਗਸਾਰ ਕਰੋ ਜਦੋਂ ਲੋਕ ਪੱਥਰ ਮਾਰਨ ਵਾਸਤੇ ਸਤਿਗੁਰੂ ਜੀ ਨੂੰ ਆਏ ਹੈ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਂਗ ਦਿੱਤੀ ਹੈ ਉੱਚੀ ਜੀ ਉੱਚੀ ਬਾਂਗ ਦੇਣ ਦੀ ਦੇਰ ਉਸੇ ਵੇਲੇ ਲੋਕ ਬੇਹੋਸ਼ ਹੋ ਗਏ ਇਹ ਸਾਰੀ ਕਥਾ ਤੁਸੀਂ ਸਰਵਣ ਕੀਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ
ਗੱਲ ਵੇਖ ਕੇ ਪੀਰ ਆਪ ਚੱਲ ਕੇ ਆਇਆ, ਸਾਰੇ ਰਾਜੀ ਕੀਤੇ, ਮੁੜ ਸੰਗਸਾਰ ਕਰਨ ਲੱਗੇ। ਮਹਾਰਾਜ ਨੇ ਖੰਘੂਰਾ ਮਾਰਿਆ, ਸਾਰੇ ਸੁੰਨ ਮੁੰਨ ਹੋ ਗਏ ਜੀ, ਉੱਥੇ ਹੀ ਬਾਹਾਂ ਖਲੋ ਗਈਆਂ। ਮੁੜ ਫਿਰ ਸਾਧ ਸੰਗਤ ਜੀ, ਪੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਕਲਾ ਉੱਤੇ ਆਪਣੀ ਕਲਾ ਵਿਖਾਉਂਦਾ ਹੈ, ਉਹਦੀ ਸ਼ਕਤੀ ਨਹੀਂ ਚੱਲਦੀ ਜੀ। ਪੀਰ ਦਸਤਗੀਰ ਨੂੰ ਪਤਾ ਲੱਗ ਗਿਆ ਇਹ ਬੜੇ ਮਹਾਨ ਹਨ, ਬੜੇ ਵੱਡੇ ਮਹਾਂਪੁਰਖ ਹਨ, ਪਰ ਲੋਕਾਂ ਦੇ ਸਾਹਮਣੇ ਮੰਨਣ ਨੂੰ ਤਿਆਰ ਨਹੀਂ ਹੈਗਾ। ਪੀਰ ਗੱਲਾਂ ਬਾਤਾਂ 'ਚ ਮਹਾਰਾਜ ਨੂੰ ਹਰਾਉਣਾ ਚਾਹੁੰਦਾ। ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ, ਤੁਸੀਂ ਰਾਗ ਕਿਉਂ ਗਾਇਆ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਅਸੀਂ ਰਾਗ ਮਨ ਨੂੰ ਚੰਚਲ ਕਰਨ ਵਾਸਤੇ ਨਹੀਂ ਗਾਉਂਦੇ, ਰਾਗ ਵਿੱਚ ਪਰਮੇਸ਼ਰ ਦੀ ਸਿਫਤ ਗਾਉਂਦੇ ਹਾਂ ਜੀ। ਸੋ ਇਹ ਬਚਨ ਸਾਰੇ ਤੁਸੀਂ ਕੱਲ੍ਹ ਸਰਵਣ ਕੀਤੇ ਆ, ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੀਰ ਦਸਤਗੀਰ ਨਾਲ ਕੀਤੇ ਆ। ਮਹਾਰਾਜ ਕਹਿੰਦੇ ਆ, ਜੇ ਤੇ ਕੋਈ ਰਾਗ ਦੇ ਵਿੱਚ ਪਰਮੇਸ਼ਰ ਦੀਆਂ ਸਿਫਤਾਂ ਗਾਵੇ, ਕਰਤਾਰ ਦੀਆਂ ਸਿਫਤਾਂ ਗਾਵੇ, ਉਹ ਸੱਚਖੰਡ ਨੂੰ ਜਾਂਦਾ ਹੈ। ਅਤੇ ਜੇ ਕੋਈ ਰਾਗ ਵਿੱਚ ਕਾਮ ਮੁਕਤਾ ਵਾਲੇ ਗੀਤ ਗਾਵੇ, ਕਾਮ ਚੇਸ਼ਟਾ ਵਧਾਵੇ, ਇਹੋ ਹੀ ਰਾਗ ਬੰਦੇ ਨੂੰ ਨਰਕਾਂ ਵਿੱਚ ਵੀ ਲੈ ਜਾਂਦਾ ਹੈ ਜੀ। ਗੱਲ ਤਾਂ ਸੰਗਤ ਜੀ ਮੇਨ ਵਸਤੂ ਦੀ ਹੈ, ਰਾਗ ਤਾਂ ਇੱਕ ਭਾਂਡਾ ਹੈਗਾ ਜੀ। ਸੋ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਹ ਬਚਨ ਕੀਤੇ। ਪੀਰ ਦਸਤਗੀਰ ਦੀ ਕੁਝ ਨਿਸ਼ਾ ਹੋਈ ਜੀ, ਕੁਝ ਤਸੱਲੀ ਹੋਈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਲ ਭਾਈ ਮਰਦਾਨਾ ਜੀ ਹਨ, ਸੱਚੇ ਪਾਤਸ਼ਾਹ ਮਹਾਰਾਜ ਉੱਥੇ ਫਿਰ ਰਾਗ ਗਾਉਂਦੇ ਰਹੇ ਜੀ। ਪ੍ਰਿੰਸੀਪਲ ਵਾਹਿਗੁਰੂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾ ਹੋਏ ਹੈ ਡਾਕਟਰ ਬਲਬੀਰ ਸਿੰਘ ਜੀ, ਉਹਨਾਂ ਨੇ ਇੱਕ ਪੁਸਤਕ ਲਿਖੀ ਹੈ, ਉਹਦਾ ਨਾਮ ਲਿਖਿਆ ਲੰਮੀ ਨਦਰ। ਉਹਦੇ ਵਿੱਚ ਭਾਈ ਮਰਦਾਨਾ ਜੀ ਦਾ ਅਤੇ ਰਬਾਬ ਦਾ ਜ਼ਿਕਰ ਕਰਦਿਆਂ ਬਗਦਾਦ ਵਿੱਚ ਹੋਈ ਇਸ ਘਟਨਾ ਦਾ ਉਹਨਾਂ ਨੇ ਮੁੱਖ ਰੂਪ 'ਚ ਜ਼ਿਕਰ ਕੀਤਾ ਜੀ। ਔਰ ਉਹ ਇਹ ਗੱਲ ਕਹਿੰਦੇ ਆ, ਉਹ ਕਹਿੰਦੇ ਆ ਗੁਰੂ ਨਾਨਕ ਸਾਹਿਬ ਬਾਰ ਬਾਰ ਕਹਿੰਦੇ ਆ, ਮਰਦਾਨਿਆ ਤਾਰ ਛੇੜ, ਬਾਣੀ ਆਈ ਹੈ। ਕਹਿਣ ਲੱਗੇ ਅਸਲ ਵਿੱਚ ਮਰਦਾਨਾ ਆਪ ਹੀ ਰਬਾਬ ਦਾ ਰੂਪ ਬਣ ਚੁੱਕਿਆ ਸੀਗਾ ਜੀ। ਭਾਈ ਮਰਦਾਨਾ ਜੀ ਆਪ ਹੀ ਰਬਾਬ ਦਾ ਰੂਪ ਬਣ ਚੁੱਕੇ ਸਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿਣ ਵਾਲੇ। ਗੁਰੂ ਨਾਨਕ ਸਾਹਿਬ ਜੀ ਜਿੱਥੇ ਅਥਾਹ ਭਜਨ ਬੰਦਗੀ ਸਿਮਰਨ ਆਪ ਹੀ ਪਰਮੇਸ਼ਰ ਹਨ, ਉੱਥੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਇੱਕ ਸ਼ਸਤਰ ਹੈ, ਉਹ ਹੈ ਰਬਾਬ ਦਾ ਅਤੇ ਕੀਰਤਨ ਦਾ ਜੀ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਕੀਰਤਨ ਕਰਦੇ ਹੈ, ਕੀਰਤਨ ਸੁਣਨ ਵਾਲੇ ਪਿਆਰਿਓ ਮਦ ਹੋਸ਼ ਹੋ ਜਾਂਦੇ ਆ ਜੀ। ਉਹਨਾਂ ਨੂੰ ਦੁਨੀਆ ਭੁੱਲ ਜਾਂਦੀ ਹੈ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕੀਰਤਨ ਕਰਦੇ ਰਹੇ ਹੈ। ਬਗਦਾਦ ਦੇ ਵਿੱਚ ਔਰ ਅਰਬ ਇਲਾਕੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗਏ ਹੈ, ਈਰਾਨ ਜਾਣਾ ਹੈ, ਸਤਿਗੁਰੂ ਨੇ ਮੁਲਤਾਨ ਜਾਣਾ ਹੈ, ਇਹ ਸਾਰੇ ਇਲਾਕੇ ਕੱਟੜ ਸਨ ਸਾਧ ਸੰਗਤ ਜੀ, ਪਰ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਵਾਰੀ ਕੀਰਤਨ ਦੀਆਂ ਗੂੰਜਾਂ ਪਾ ਦਿੱਤੀਆਂ ਜੀ। ਗੁਰੂ ਨਾਨਕ ਸਾਹਿਬ ਨੇ ਮਦਹੋਸ਼ ਕਰ ਦਿੱਤਾ ਉਹਨਾਂ ਨੂੰ ਆਪਣੇ ਕੀਰਤਨ ਦੇ ਨਾਲ, ਗੁਰਬਾਣੀ ਦੇ ਨਾਲ। ਖੁਦ ਧੰਨ ਗੁਰੂ ਨਾਨਕ ਸਾਹਿਬ ਜਿੱਥੇ ਰਹੇ ਜਪਜੀ ਸਾਹਿਬ ਦਾ ਪਾਠ ਲਿਖਾ ਕੇ ਆਉਂਦੇ ਰਹੇ ਹੈ, ਭਾਈ ਇਹ ਜਪਜੀ ਪੜ੍ਹਿਓ, ਜਪਜੀ ਹੀ ਤੁਹਾਨੂੰ ਸੱਚਖੰਡ ਦਾ ਰਾਹ ਦੱਸੇਗੀ ਜੀ। ਸੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੀਰ ਦੀ ਨਿਸ਼ਾ ਕਰਾਈ ਹੈ। ਮਹਾਰਾਜ ਕਹਿੰਦੇ ਰਾਗ ਕਰਤਾਰ ਦੀਆਂ ਸਿਫਤਾਂ ਦੇ ਜਦੋਂ ਨਾਲ ਗਾਉਂਦੇ ਹਾਂ, ਰਾਗ ਸਫਲਾ ਹੋ ਜਾਂਦਾ ਹੈ। ਹੁਣ ਆਪਾਂ ਇਹਦੇ ਤੋਂ ਅੱਗੇ ਕਥਾ ਸਰਵਣ ਕਰਨੀ ਹੈ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਅਬ ਦੂਸਰ ਉੱਤਰ ਸੁਨ ਕਾਨੇ। ਮਹਾਰਾਜ ਸੱਚੇ ਪਾਤਸ਼ਾਹ ਪੀਰ ਜੀ ਨੂੰ ਕਹਿਣ ਲੱਗੇ, ਦਸਤਗੀਰ ਨੂੰ। ਮਹਾਰਾਜ ਕਹਿੰਦੇ, ਪੀਰ ਹੁਣ ਦੂਸਰਾ ਉੱਤਰ ਸੁਣ ਆਪਣੇ ਕੰਨਾਂ ਦੇ ਨਾਲ। ਹਾਂਜੀ, 14 ਹੈ ਤਬਕ ਕੁਰਾਨ ਬਖਾਨੇ। ਕੁਰਾਨ ਸ਼ਰੀਫ ਵਿੱਚ 14 ਜਹਾਨਾਂ ਦੀ ਗੱਲ ਆਉਂਦੀ ਹੈ, 14 ਜਹਾਨਾਂ ਦੀ ਗੱਲ ਆਉਂਦੀ ਹੈ। 14 ਦੀ ਗਿਣਤੀ ਕੀ ਹੈ? 7 ਆਕਾਸ਼ ਹਨ ਅਤੇ 7 ਪਤਾਲ ਮੰਨੇ ਜਾਂਦੇ ਹੈ। ਚਲੋ, ਕੁਰਾਨ ਸ਼ਰੀਫ ਨੇ ਇੰਨੀ ਗੱਲ ਆਖੀ ਹੈ, ਅਤੇ ਮੈਂ ਇੱਥੇ ਇੱਕ ਬੇਨਤੀ ਕਰਾਂਗਾ,
ਸੰਗਤ ਜੀ, ਅਸੀਂ ਤਾਂ ਇਸ ਧਰਤੀ ਦੇ ਇੱਕ ਛੋਟੇ ਜਿਹੇ ਇਲਾਕੇ ਦੇ ਵਿੱਚ ਬੈਠੇ ਛੋਟੇ ਜਿਹੇ ਜੀਵ ਹੈ। ਧਰਤੀ ਹੋਰ ਪਰੈ ਹੋਰ ਹੋਰ, ਇੱਥੇ ਪਤਾ ਹੀ ਨਹੀਂ ਕਿੰਨੀਆਂ ਕੁ ਧਰਤੀਆਂ ਨੇ, ਕਿੰਨੀਆਂ ਕੁ ਧਰਤੀਆਂ 'ਤੇ ਵਾਹਿਗੁਰੂ ਦੇ ਗੀਤ ਗਾਏ ਜਾ ਰਹੇ ਹੈ। ਸਾਡੇ ਵਰਗੇ ਕਿੰਨੇ ਹੀ ਰੱਬ ਦੇ ਗੀਤ ਗਾਉਂਦੇ ਸੁਣ ਰਹੇ ਹੈ ਅਤੇ ਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਕਰਨ ਦੇ ਕੋਈ ਅੰਦਾਜ਼ਾ ਹੀ ਨਹੀਂ ਹੈਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕੁਰਾਨ ਸ਼ਰੀਫ 14 ਲੋਕਾਂ ਦੀ ਗੱਲ ਕਰਦਾ, ਸੱਤ ਪਤਾਲ ਸੱਤ ਆਕਾਸ਼ ਕਹਿੰਦਾ ਹੈ। ਤਿਸ ਕੋ ਕਰਨ ਹਾਰ ਹੈ ਜੋ, ਤਾਂ ਕੋ 14 ਕੀ ਸੁਧ ਹੋਉ। ਮਹਾਰਾਜ ਕਹਿਣ ਲੱਗੇ, ਪੀਰ ਇਹ ਵੀ ਗੱਲ ਝੂਠ ਨਹੀਂ ਹੈਗੀ, ਗੱਲ ਇਹ ਵੀ ਸੱਚੀ ਹੈ, ਪਰ ਕੁਰਾਨ ਸ਼ਰੀਫ ਦਾ ਕਰਨ ਹਾਰਾ, ਉਹਨੂੰ ਲਿਖਣ ਵਾਲਾ, ਉਹਨੂੰ ਸੋਝੀ ਇੰਨੀ ਸੀਗੀ, ਉਹਨੂੰ 14 ਦੀ ਸੋਝੀ ਸੀ, ਉਹਨੇ 14 ਲਿਖ ਦਿੱਤੇ। ਸੰਗਤ ਜੀ, ਜਿਹਨੂੰ ਜਿੰਨੀ ਕਿਸੇ ਨੂੰ ਸੋਝੀ ਹੈ, ਉਹਨੇ ਆਪਣੀ ਸੋਝੀ ਮੁਤਾਬਕ ਗੱਲ ਕਰਨੀ ਹੈ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਦੇਤੀ। ਹਾਂਜੀ, ਲੱਖਣ ਕੀ ਸੁਧ ਜਿਨ ਕਉ ਹੋਈ, ਤੇਤੀ ਭਨੈ ਨਾ ਝੂਠ ਬਗੋਈ। ਕੁਰਾਨ ਸ਼ਰੀਫ ਵਾਲਾ ਝੂਠ ਨਹੀਂ ਹੈ, ਇਹ ਵੀ ਸੱਚ ਹੈ, ਕਿਉਂਕਿ ਉਹਨੂੰ ਸੋਝੀ 14 ਦੀ ਹੋਈ ਹੈ। ਮਹਾਰਾਜ ਕਹਿਣ ਲੱਗੇ, ਪੀਰ ਜੀ, ਜਿਨ੍ਹਾਂ ਨੂੰ ਲੱਖਾਂ ਦੀ ਸੋਝੀ ਆਈ, ਉਹਨਾਂ ਲੱਖ ਹੀ ਦੱਸਣੇ ਹੈ। ਝੂਠੇ ਲੱਖ ਵਾਲੇ ਵੀ ਨਹੀਂ ਹੈਗੇ ਜੀ, ਲੱਖਾਂ ਵਾਲੇ ਵੀ ਝੂਠੇ ਨਹੀਂ ਹੈਗੇ। ਲੱਖਨ ਪਰੈ ਨਾ ਔਰਕ ਕੋਈ, ਬੇਸ਼ੁਮਾਰ ਸਾਹਿਬ ਹੈ ਸੋਈ। ਪਰ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਪੀਰ ਜੀ ਨੂੰ ਕਹਿਣ ਲੱਗੇ, ਪੀਰ ਕੇਵਲ ਲੱਖ ਨਹੀਂ, ਲੱਖਾਂ ਤੋਂ ਵੀ ਅੱਗੇ ਪਤਾਲ ਹੈਗੇ ਹੈ, ਲੱਖਾਂ ਤੋਂ ਅੱਗੇ ਵੀ ਆਕਾਸ਼ ਹੈਗੇ ਹੈ, ਇਹ ਵਾਹਿਗੁਰੂ ਨੇ ਬਣਾਏ। ਹਾਂਜੀ, ਦਸਤਗੀਰ ਸੁਨ ਸਾਚ ਨਾ ਮਾਨੀ, ਹੇਤ ਬਿਲੋਕਨ ਬੋਲਿਓ ਬਾਣੀ। ਔਰ ਦਸਤਗੀਰ ਗੱਲਾਂ ਬਾਤਾਂ ਵਾਲਾ ਨਹੀਂ ਸੀ ਹੈਗਾ ਜੀ, ਵੀ ਮਹਾਰਾਜ ਨੇ ਬਚਨ ਕੀਤਾ ਤੋਂ ਮੰਨ ਲੈਂਦਾ। ਦਸਤਗੀਰ ਬੜਾ ਤਰਕੀ ਹੈ, ਤੇ ਦਸਤਗੀਰ ਨੇ ਮਨ ਵਿੱਚ ਇੱਛਾ ਕੀਤੀ ਵੀ ਮੈਂ ਵੇਖਾਂਗਾ ਤੇ ਫੇਰ ਹੀ ਮੰਨਾਂਗਾ ਨਾ, ਤੇ ਗੁਰੂ ਸਾਹਿਬ ਜੀ ਤੇ ਗੱਲ ਉੱਤੇ ਤਰਕ ਕਰਤੀ। ਪਰ ਪਹਿਲਾਂ ਤੇ ਦਸਤਗੀਰ ਨੂੰ ਇਹ ਪੁੱਛਿਆ ਜਾਵੇ ਵੀ ਜਿਹੜੇ ਕੁਰਾਨ ਸ਼ਰੀਫ ਨੇ ਸੱਤ ਕਹੇ ਹੈ, ਉਹ ਵੀ ਤਾਂ ਤੂੰ ਮੰਨ ਰਿਹਾ, ਉਹ ਤੂੰ ਵੇਖੇ ਹੈ? ਵੇਖੇ ਤੇ ਉਹ ਵੀ ਨਹੀਂ ਹੈ, ਸੱਤ ਤਾਂ ਹੈ, ਸੱਤ ਥਾਂ ਹੈ, ਵੇਖੇ ਤੇ ਉਹ ਵੀ ਨਹੀਂ ਹੈ, ਪਰ ਉਹ ਵੀ ਤੇ ਮੰਨੇ ਹੈ ਨਾ। ਪਰ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨੂੰ ਵੇਖਣਾ ਚਾਹੁੰਦਾ ਹੈ। ਹਾਂਜੀ, ਕਹੇ ਪ੍ਰਤੀਤ ਨਾ ਆਵੇ ਮੌਕਾ, ਦੇਹੋ ਦਿਖਾਏ ਜੇ ਹੈ ਸੁਧ ਤੋਕੋ। ਤੇ ਸਤਿਗੁਰੂ ਜੀ ਨੂੰ ਦਸਤਗੀਰ ਕਹਿਣ ਲੱਗਾ, ਕਹਿੰਦਾ ਜੀ ਮੈਨੂੰ ਆਖਿਆ ਪ੍ਰਤੀਤ ਨਹੀਂ ਆਉਣੀ, ਸੁਣਿਆ ਨਹੀਂ ਮੈਨੂੰ ਭਰੋਸਾ ਆਉਣਾ, ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਵਿਖਾ ਦਿਓ ਤਾਂ ਮੈਂ ਮੰਨਾਂਗਾ। ਹਾਂਜੀ, ਸੁੱਤ ਮੇਰੇ ਕੋ ਸੰਗ ਲੈ ਜਾਵੋ, ਜਿੱਤੀ ਪਹੁੰਚ ਹੈ ਤਿੱਤੇ ਦਿਖਾਵੋ। ਕਹਿਣ ਲੱਗਾ ਮੇਰੇ ਪੁੱਤਰ ਨੂੰ ਨਾਲ ਲੈ ਜਾਓ, ਜਿੰਨੀ ਤੁਹਾਡੀ ਪਹੁੰਚ ਹੈ ਓਨੇ ਹੀ ਪਤਾਲ ਆਕਾਸ਼ ਵਿਖਾ ਦਿਓ, ਓਨੇ ਵਿਖਾ ਦਿਓ ਜਿੰਨੀ ਕੁ ਤੁਹਾਡੀ ਪਹੁੰਚ ਹੈ। ਸੁਣ ਕੇ ਤਿਹ ਸ਼ਿਨ ਸ੍ਰੀ ਜਗਨਨਾਥਾ, ਤਿਹ ਕੋ ਗਹਿਓ ਹਾਥ ਮੈਂ ਸਾਥਾ। ਹੁਣ ਇੱਥੇ ਸਾਡੇ ਵਰਗਾ ਹੋਵੇ ਜਿਹਦੀ ਤਾਕਤ ਕੋਈ ਨਹੀਂ ਹੈ, ਉਹ ਸੰਗਤ ਦੀ ਕੀ ਕਿਸੇ ਨੂੰ ਵਿਖਾ ਸਕਦਾ ਹੈ? ਗੱਲ ਤੇ ਸਮਰੱਥਾ ਦੀ ਹੈ, ਪਹੁੰਚ ਦੀ ਹੈ। ਧੰਨ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਹਨ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਵੇਲੇ ਪੀਰ ਦੇ ਪੁੱਤਰ ਨੂੰ ਸੱਦਿਆ ਤੇ ਪੀਰ ਦੇ ਪੁੱਤਰ ਦਾ ਹੱਥ ਫੜਿਆ ਜੀ। ਹਾਂਜੀ, ਕਹਿਓ ਕਿ ਲੋਚਨ ਮੁੰਦਹ ਦੋਈ। ਹੱਥ ਫੜ ਕੇ ਸੱਚੇ ਪਾਤਸ਼ਾਹ ਕਹਿਣ ਲੱਗੇ, ਪੁੱਤਰਾ ਅੱਖਾਂ ਬੰਦ ਕਰ ਆਪਣੀਆਂ। ਹਾਂਜੀ, ਚਾਹੋ ਜੋ ਦੇਖ ਲੈ ਹੋ ਅਬ ਸੋਈ। ਜੋ ਚਾਹੁੰਦਾ ਉਹ ਵੇਖ ਲਏਗਾ, ਮਹਾਰਾਜ ਕਹਿਣ ਲੱਗੇ। ਹਾਂਜੀ, ਮੁੰਦ੍ਰਿਤ ਨੈਣ ਕੀ ਏ ਤਿਨ ਜਬ ਹੀ, ਅਪਰ ਆਕਾਸ਼ ਦਿਖਾਇਓ ਤਬ ਹੀ। ਗੱਜ ਕੇ ਆਖੋ ਵਾਹਿਗੁਰੂ। ਉਹ ਬਸ ਜਦੋਂ ਅੱਖਾਂ ਬੰਦ ਕੀਤੀਆਂ ਨਾ ਜੀ, ਅੱਖਾਂ ਬੰਦ ਕਰਨ ਦੀ ਦੇਰ ਸੀ, ਸਤਿਗੁਰੂ ਤੇ ਪੀਰ ਦਾ ਪੁੱਤਰ ਉੱਥੋਂ ਅਲੋਪ ਹੋ ਗਏ ਜੀ। ਹੁਣ ਇਹ ਵੀ ਤਾਕਤ ਹਰ ਇੱਕ ਕੋ ਥੋੜ੍ਹੀ ਹੈਗੀ ਹੈ ਜੀ, ਉੱਥੋਂ ਅਲੋਪ ਹੋ ਗਏ
ਤੇ ਅਲੋਪ ਹੋ ਕੇ ਉਸੇ ਵੇਲੇ ਹੀ ਮਹਾਰਾਜ ਨੇ ਕੰਮ ਸ਼ੁਰੂ ਕਰਾ ਦਿੱਤਾ। ਸਾਧ ਸੰਗਤ ਜੀ, ਅਪਰ ਆਕਾਸ਼ ਦਿਖਾਇਓ ਤਬ ਹੀ, ਇੱਕ ਤੇ ਸਾਨੂੰ ਅਸਮਾਨ ਵਿਖ ਰਿਹਾ ਨਾ, ਪੀਰ ਦੇ ਪੁੱਤਰ ਨੂੰ ਹੋਰ ਅਸਮਾਨ ਮਹਾਰਾਜ ਨੇ ਵਿਖਾ ਦਿੱਤੇ ਜੀ, ਆਕਾਸ਼ ਵਿਖਾਏ ਜੀ। ਹਾਂਜੀ, ਕਿਤਕ ਦਿਵਸ ਤੇ ਬੀਚ ਬਿਹਾਏ, ਬਾਹਰ ਔਰ ਨਭ ਮਾਹੇ ਪਧਾਰੇ। ਸਾਧ ਸੰਗਤ ਜੀ, ਕਈ ਦਿਨ ਪੀਰ ਦੇ ਪੁੱਤਰ ਨੂੰ ਮਹਿਸੂਸ ਹੋ ਰਹੇ ਹੈ ਵੀ ਸਾਨੂੰ ਕਈ ਦਿਨ ਹੋ ਗਏ ਆ ਆਕਾਸ਼ ਵੇਖੀ ਜਾਂਦੇ ਆ, ਇੱਕ ਆਕਾਸ਼ ਮੁੱਕਦਾ ਦੂਜਾ ਆ ਜਾਂਦਾ, ਦੂਜਾ ਮੁੱਕਦਾ ਤੀਜਾ ਆ ਜਾਂਦਾ, ਆਕਾਸ਼ ਹੀ ਆਕਾਸ਼ ਹੈ ਜੀ, ਆਕਾਸ਼ ਹੀ ਆਕਾਸ਼ ਹੈ। ਇਹ ਲੋਕ ਨੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਵਿਖਾ ਰਹੇ ਹੈ ਜੀ। ਹਾਂਜੀ, ਦੇਹ ਕੋ ਦੇਖ ਕਿਤ ਦਿਨ ਨਮਾਹੀ, ਆਨ ਆਕਾਸ਼ ਪਿਖਾ ਪੁਨ ਜਾਹੀ। ਕਈ ਦਿਨ ਆਕਾਸ਼ ਵੇਖਦੇ ਰਹੇ, ਇਸ ਵਿਧੀ ਨਾਲ ਹੋਰ ਆਕਾਸ਼ ਮਹਾਰਾਜ ਵਿਖਾਉਣ ਲੱਗ ਪਏ। ਪਿਆਰਿਓ, ਪੀਰ ਦੇ ਪੁੱਤਰ ਨੂੰ ਇੰਜ ਲੱਗਦਾ ਜਿਵੇਂ ਕਈ ਮਹੀਨੇ ਹੀ ਹੋ ਗਏ ਆ। ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ। ਹੁਣ ਇੱਥੇ ਇੱਕ ਮਿੰਟ ਲਈ ਰੁਕੀਏ। ਪਿਆਰਿਓ, ਕਿਹੜੀ ਤਾਕਤ ਹੈ, ਕਿਹੜੀ ਤਾਕਤ ਹੈ! ਪੀਰ ਦਾ ਪੁੱਤਰ ਵੀ ਭਾਗਾਂ ਵਾਲਾ ਹੈ ਜਿਹਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੱਥ ਫੜਿਆ ਹੋਇਆ ਹੈ ਜੀ, ਜਾਂ ਇਉਂ ਕਹੀਏ ਵੀ ਸਤਿਗੁਰੂ ਨੇ ਉਹਦਾ ਹੱਥ ਫੜ ਲਿਆ ਜੀ। ਹਾਂਜੀ, ਪੀਰ ਦਾ ਪੁੱਤ ਭਾਗਾਂ ਵਾਲਾ ਹੋ ਗਿਆ ਜੀ, ਤੇ ਸੱਚੇ ਪਾਤਸ਼ਾਹ ਵਿਖਾਈ ਜਾਂਦੇ, ਲੱਖਾਂ ਹੀ ਵਿਖਾਉਂਦੇ ਸੱਚੇ ਪਾਤਸ਼ਾਹ। ਹਾਂਜੀ, ਇਸ ਬਿਦ ਸੋ ਬਹੁ ਬਰਖ ਬਿਤਾਏ, ਲੱਖ ਆਕਾਸ਼ ਤਾਹੇ ਦਿਖਰਾਏ। ਲਓ ਜੀ, ਇਹ ਇੱਕ ਥਾਂ ਤੋਂ ਦੂਜੀ ਥਾਂ ਤੇ ਹੋ ਕੇ ਆਵੇ ਤੇ ਮੇਰੇ ਵਰਗਾ ਥੱਕ ਜਾਂਦਾ ਜੀ, ਥੱਕ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਲੱਖਾਂ ਹੀ ਆਕਾਸ਼ ਵਿਖਾਏ ਪੀਰ ਦੇ ਪੁੱਤ ਨੂੰ ਜੀ, ਲੱਖਾਂ ਹੀ ਜੀ। ਪਹੁੰਚ ਹੈ ਮਹਾਰਾਜ ਦੀ, ਆਪ ਮਾਲਕ ਨੇ। ਆ ਸਾਇੰਸਦਾਨ ਇੱਕ ਬ੍ਰਹਿਮੰਡ ਦੀ ਖੋਜ ਕਰਦੇ ਆ, ਤੇ ਸਤਿਗੁਰੂ ਬਾਣੀ ਚ ਕਹਿੰਦੇ ਉਹ ਭਾਈ ਇੱਕ ਨਹੀਂ ਚ, ਇੱਥੇ ਕਰੋੜਾਂ ਹੀ ਬ੍ਰਹਿਮੰਡ ਨੇ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ। ਕਰੋੜਾਂ ਬ੍ਰਹਿਮੰਡਾਂ ਦਾ ਠਾਕੁਰ ਹੈ। ਹਾਂਜੀ, ਬਾਹਰੋ ਗਏ ਪਤਾਲ ਨਮਾਹੀ, ਤੇ ਲੱਖਾਂ ਹੀ ਆਕਾਸ਼ ਵਿਖਾਏ ਸੰਗਤ ਜੀ, ਲੱਖਾਂ ਹੀ। ਤੇ ਪੀਰ ਦੇ ਪੁੱਤ ਨੂੰ ਇੰਜ ਲੱਗਦਾ ਜਿਵੇਂ ਸਾਲ ਲੰਘ ਗਏ, ਸਾਲ ਸਾਲ ਹੀ ਲੰਘ ਗਏ। ਤੇ ਪੀਰ ਦਾ ਪੁੱਤ ਮਹਾਰਾਜ ਦੇ ਨਾਲ ਨਾਲ ਦੀ ਨਾਲ ਨਾਲ ਉਹ ਵੇਖ ਵੇਖ ਹੈਰਾਨ ਹੋਵੇ, ਤੇ ਪੀਰ ਦਾ ਪੁੱਤ ਸੋਚੇ ਅਸੀਂ ਤੇ 14 ਹੀ ਪੜ੍ਹੇ ਸੀਗੇ, 7 ਹੀ ਆਕਾਸ਼ ਪੜ੍ਹੇ ਹੈ, ਇੱਥੇ ਤੇ ਵਾਕਈ ਲੱਖਾਂ। ਤੇ ਅੰਤ ਅੱਗੇ ਵੀ ਨਹੀਂ ਹੈਗਾ ਜੀ, ਅੱਗੇ ਹੋਰ ਹੈ, ਅੱਗੇ ਹੋਰ ਹੈ। ਹੁਣ ਇਹ ਤੇ ਸਤਿਗੁਰੂ ਹੀ ਜਾਣਦੇ ਆ ਨਾ ਮਹਾਰਾਜ ਕਿਸ ਦੁਨੀਆਂ ਵਿੱਚ ਉਹਨੂੰ ਲੈ ਕੇ ਗਏ ਹੈ। ਫਿਰ ਪੰਕਤੀ ਪੜ੍ਹ, ਬਾਹਰੋਂ ਗਏ ਪਤਾਲ ਨਮਾਹੀ, ਫਿਰ ਮਹਾਰਾਜ ਸੱਚੇ ਪਾਤਸ਼ਾਹ ਹੇਠਾਂ ਨੂੰ ਤੁਰ ਪਏ ਜੀ, ਪਤਾਲ ਨੂੰ। ਜਦੋਂ ਤਾਂ ਦੀ ਸੈਰ ਕਰਾ ਦਿੱਤੀ, ਫਿਰ ਸੱਚੇ ਪਾਤਸ਼ਾਹ ਪਤਾਲ ਵਿੱਚ ਲੈ ਗਏ ਜੀ ਉਹਨਾਂ ਦੀ। ਹਾਂਜੀ, ਪ੍ਰਥਮੇ ਏਕ ਦਿਖਾਵਾ ਤਾਹੀ, ਤੇ ਧੰਨ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਇੱਕ ਪਤਾਲ ਵਿਖਾਇਆ ਜੀ, ਤੇ ਦਾਸ ਫਿਰ ਬੇਨਤੀ ਕਰੇ ਜਿੱਥੇ ਬੈਠੇ ਚ ਬੈਠਿਆਂ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ। ਪਤਾ ਕਿਉਂ ਜੀ? ਇੱਥੇ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਜੀ, ਆ ਜੋ ਵੇਖ ਰਿਹਾ ਸਾਨੂੰ ਤੇ ਇਹੋ ਬੜਾ ਕੁਝ ਲੱਗਦਾ, ਪਤਾ ਨਹੀਂ ਕਿੰਨਾ ਕੁ ਪਸਾਰਾ ਵਾਹਿਗੁਰੂ ਦਾ ਹੈਗਾ ਜੀ। ਅਸੀਂ ਤੇ ਛੋਟੀ ਜਿਹੀ ਜ਼ਮੀਨ ਦੇ ਇੱਕ ਖਿੱਤੇ ਦੇ ਵਿੱਚ ਬੈਠੇ ਹਾਂ, ਅਤੇ ਪਿਆਰੇ ਉਹ ਛੋਟੇ ਜਿਹੇ ਮਨੁੱਖ ਹੈਗੇ ਹਾਂ, ਥੋੜ੍ਹੇ ਸਾਲਾਂ ਦੀ ਆਪਣੀ ਉਮਰ ਹੈ ਬਸ, ਹੋਰ ਕੀ ਹੈਗਾ ਜੀ, ਕੁਝ ਵੀ ਨਹੀਂ ਹੈਗਾ ਜੀ। ਅਤੇ ਜਿੰਨਾ ਸਮਾਂ ਮਿਲਿਆ ਉਸ ਮਾਲਕ ਦੀ ਯਾਦ ਵਿੱਚ ਸਫਲਾ ਕਰ ਲਓ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਕਿਤਕ ਦਿਨ ਨ ਲਓ ਫਿਰ ਕਰ ਸਾਰੇ, ਬਾਹਰੋ ਦੁਤੀਆ ਪਤਾਲ ਪਧਾਰੇ। ਫਿਰ ਇੱਕ ਪਤਾਲ ਵਿਖਾਇਆ ਮਹਾਰਾਜ ਨੇ ਉਹਨੂੰ ਹੇਠਾਂ। ਪਤਾਲ ਨੂੰ ਕਈ ਦਿਨ ਲੱਗ ਗਏ ਜੀ, ਫਿਰਨ ਲੱਗੇ ਹਾਂ ਜੀ, ਕਈ ਦਿਨ ਜੀ, ਕਈ ਦਿਨ ਹੋ ਗਏ ਉਹਨੂੰ ਫਿਰਦੇ ਆ ਜੀ। ਫਿਰ ਮਹਾਰਾਜ ਕਹਿੰਦੇ ਚੱਲ ਹੁਣ ਤੈਨੂੰ ਦੂਜਾ ਪਤਾਲ ਵਿਖਾਈਏ। ਹਾਂਜੀ, ਸੋ ਨੀਕੀ ਬਿਦ ਦੀਨ ਦਿਖਾਰੀ, ਪੁੰਨ ਤੀਜੇ ਮੈਂ ਗਏ ਜਗ ਸਾਈ। ਦੂਜਾ ਵਿਖਾਇਆ,
ਫਿਰ ਸਤਿਗੁਰੂ ਨੇ ਤੀਜਾ ਪਤਾਲ ਵਿਖਾ ਦਿੱਤਾ ਜੀ ਉਹਨੂੰ। ਹਾਂਜੀ, ਇਸ ਵਿਦ ਸੋ ਜੇ ਲਾਖ ਪਤਾਲਾ ਸਰਬ ਦਿਖਾਏ ਤਾਹੇ ਕਿਰਪਾਲਾ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਸ ਤਰੀਕੇ ਨਾਲ ਧਰਤੀ ਦੇ ਹੇਠਾਂ ਵੀ ਲੱਖਾਂ ਹੀ ਧਰਤੀਆਂ ਵਿਖਾ ਦਿੱਤੀਆਂ ਮਹਾਰਾਜ ਨੇ। ਧਰਤੀ ਦੇ ਹੇਠਾਂ ਵੀ ਲੱਖਾਂ ਹੀ ਧਰਤੀਆਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪੀਰ ਦੇ ਪੁੱਤ ਨੂੰ ਵਿਖਾ ਦਿੱਤੀਆਂ ਜੀ। ਤੇ ਸਭ ਧਰਤੀਆਂ ਤੇ ਮਨੁੱਖ ਤੁਰੇ ਫਿਰਦੇ ਹੈ ਜੀ। ਹੁਣ ਧਿਆਨ ਨਾਲ ਸੁਣਿਓ, ਇਸ ਧਰਤੀ ਦੇ ਪਸਾਰੇ ਬਾਰੇ ਕਈ ਵਾਰ ਪਸਰਿਓ ਪਾਸਾਰਾ ਸਦਾ ਸਦਾ ਇੱਕ ਏਕੰਕਾਰ। ਕਈ ਵਾਰ ਇਹ ਸਾਰਾ ਕੁਝ ਹੋਇਆ ਜੀ। ਹਾਂਜੀ, ਬਹੁਤ ਬਰਖ ਲਗ ਕਾਲ ਬਿਤਾਇਓ। ਹੁਣ ਪੀਰ ਦੇ ਪੁੱਤਰ ਨੂੰ ਮਹਿਸੂਸ ਹੁੰਦਾ ਵੀ ਬੜੇ ਸਾਲ ਹੋ ਗਏ ਹੈ ਤੇ ਇਸ ਤਰ੍ਹਾਂ ਲੰਘਦੇ ਆ। ਹਾਂਜੀ, ਬਿਚਰਤ ਪੀਰ ਤਾਤ ਅਕੁਲਾਇਓ। ਤੇ ਪੀਰ ਦਾ ਪੁੱਤਰ ਫਿਰਦਾ ਫਿਰਦਾ ਵਿਆਕੁਲ ਹੋ ਗਿਆ ਜੀ, ਵਿਆਕੁਲ ਹੋ ਗਿਆ। ਇੰਨਾ ਲੰਮਾ ਸਮਾਂ, ਕਈ ਸਾਲ ਹੋ ਗਏ, ਕਦੀ ਆਕਾਸ਼ ਕਦੀ ਪਤਾਲ। ਹਾਂਜੀ, ਹੱਥ ਬੰਦ ਕੈ ਗੁਰੂ ਅਗਾਰੀ, ਹੋਏ ਅਧੀਨ ਬਹੁ ਬਿਨੈ ਉਚਾਰੀ। ਤੇ ਦਸਤਗੀਰ ਦਾ ਪੁੱਤਰ ਪਤਾਲ ਵਿੱਚ ਲੱਖਾਂ ਪਤਾਲ ਵੇਖ ਕੇ ਨਾ ਧੰਨ ਗੁਰੂ ਨਾਨਕ ਸਾਹਿਬ ਨੂੰ ਹੱਥ ਜੋੜ ਕੇ ਕਹਿਣ ਲੱਗਾ ਜੀ। ਹਾਂਜੀ, ਅੰਤ ਨਾ ਆਵਤ ਗੈਨ ਪਤਾਲਾ। ਕਹਿੰਦਾ ਮਹਾਰਾਜ, ਇੱਥੇ ਤੇ ਨਾ ਆਕਾਸ਼ਾਂ ਦਾ ਹੀ ਅੰਤ ਹੈਗਾ ਤੇ ਨਾ ਪਤਾਲਾਂ ਦਾ ਹੀ ਹੈਗਾ ਜੀ। ਤੁਰਕ ਹੈ ਨਾ ਉਹ ਵੀ, ਤੇ ਜਦੋਂ ਵੇਖ ਲਿਆ ਤੇ ਤੁਰਕ ਵੀ ਕਹਿਣ ਲੱਗ ਪਿਆ, ਪਾਤਾਲਾ ਪਾਤਾਲ ਲੱਖ ਆਗਾਸਾ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਕਹਿੰਦਾ ਮੈਂ ਤਾਂ ਥੱਕ ਜਾਊਂਗਾ, ਥੱਕ ਗਿਆ ਨਾਲੇ, ਇੱਥੇ ਤੇ ਅੰਤ ਹੀ ਨਹੀਂ ਆਉਣਾ ਕਹਿਣ ਲੱਗਾ। ਹਾਂਜੀ, ਬਿਚਰਤ ਬੀਤ ਗਇਓ ਚਿਰ ਕਾਲਾ। ਕਹਿਣ ਲੱਗਾ ਜੀ, ਫਿਰਦਿਆਂ ਫਿਰਦਿਆਂ ਬੜਾ ਸਮਾਂ ਹੋ ਗਿਆ। ਹਾਂਜੀ, ਚਲੋ ਆਪਣੇ ਅਬ ਅਸਥਾਨਾ, ਹੁਣ ਤੁਸੀਂ ਕਿਰਪਾ ਕਰੋ ਤੇ ਮੈਨੂੰ ਮੇਰੇ ਪਿਤਾ ਜੀ ਦੇ ਕੋਲ ਲੈ ਜਾਓ। ਕਹਿੰਦਾ ਆਪਣੇ ਅਸਥਾਨ ਤੇ ਚੱਲੀਏ ਬਗਦਾਦ ਦੇ ਵਿੱਚ। ਹਾਂਜੀ, ਤੁਮ ਖੁਦਾਏ ਹਾਂ ਅਲਖੋ ਨਾ ਆਨਾ। ਤੇ ਗੱਜ ਕੇ ਆਖੋ ਵਾਹਿਗੁਰੂ। ਪੀਰ ਦਾ ਪੁੱਤਰ ਪਤਾਲ ਵਿੱਚ ਖਲੋਤਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਮੈਂ ਸਮਝ ਗਿਆ ਤੁਸੀਂ ਆਪ ਹੀ ਰੱਬ ਹੋ, ਮਹਾਰਾਜ ਤੁਸੀਂ ਹੋਰ ਕੋਈ ਨਹੀਂ ਹੈਗੇ, ਤੁਸੀਂ ਆਪ ਖੁਦਾ ਹੋ। ਹਾਂਜੀ, ਸੁਣ ਕੇ ਸ੍ਰੀ ਗੁਰੂ ਗਿਰਾ ਉਚਾਰੀ। ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪੀਰ ਦੇ ਪੁੱਤਰ ਨੂੰ ਕਹਿਣ ਲੱਗੇ, ਜੇ ਕਿਸ ਚਾਹ ਹਵੈ ਹਿਰਦੈ ਮਝਾਰੀ। ਮਹਾਰਾਜ ਕਹਿਣ ਲੱਗੇ, ਵੇਖ ਲੈ ਜੇ ਤੇਰੀ ਚਾਹਤ ਹੈ। ਹਾਂਜੀ, ਦੇਖੋ ਔਰ ਆਕਾਸ਼ ਪਤਾਲਾ, ਤੇ ਤੈਨੂੰ ਅਜੇ ਹੋਰ ਆਕਾਸ਼ ਪਤਾਲ ਵਿਖਾ ਦਿੰਦੇ ਆ। ਤੇ ਪੀਰ ਦਾ ਪੁੱਤ ਸਮਝਦਾ ਹੈ ਵੀ ਠੀਕ ਹੈ, ਸੱਤ ਦੀ ਗੱਲ ਉਹਨਾਂ ਕੀਤੀ ਹੈ, ਪਰ ਸੱਤ ਨਹੀਂ ਹੈਗੇ, ਬੜੇ ਹੀ ਹੈਗੇ। ਹਾਂਜੀ, ਅੰਤ ਨਹੀਂ ਕਸ਼ ਰਹੇ ਬਿਸਾਲਾ। ਮਹਾਰਾਜ ਕਹਿੰਦੇ ਕੋਈ ਅੰਤ ਥੋੜੀ ਹੋਇਆ, ਤੂੰ ਗੱਲ ਕਰ, ਤੈਨੂੰ ਹੋਰ ਵਿਖਾ ਦਿੰਦੇ ਆ। ਹਾਂਜੀ, ਜੇਕਰ ਅਕੁਲਾਵਾ ਚਿੱਤ ਤੋਰਾ, ਚੱਲਿਓ ਚਾਹਤ ਹੈ ਆਪਣੇ ਠੌਰਾ। ਪਰ ਜੇ ਤੂੰ ਆਪਣੇ ਪਿਤਾ ਨੂੰ ਮਿਲਣ ਲਈ ਵਿਆਕੁਲ ਹੋ ਚੁੱਕਾ, ਤੇਰਾ ਜੀ ਕਰਦਾ ਵਾਪਸ ਬਗਦਾਦ ਜਾਣ ਨੂੰ। ਹਾਂਜੀ, ਤਵ ਪਿਤ ਨਿਸ਼ਚਾ ਆਵਹ ਜੈਸੇ, ਕਾਰਜ ਕਰੋ ਆਪ ਅਬ ਤੈਸੇ। ਇੱਕ ਵਾਰੀ ਵੇਖ ਲੈ, ਐਸਾ ਕੰਮ ਕਰੀਏ ਜਿਹਦੇ ਨਾਲ ਤੇਰੇ ਪਿਤਾ ਨੂੰ ਭਰੋਸਾ ਹੋ ਜਾਏ ਵੀ ਲੱਖਾਂ ਹੀ ਨੇ। ਗੱਜ ਕੇ ਆਖੋ ਵਾਹਿਗੁਰੂ। ਲੱਖਾਂ ਹੀ ਨੇ, ਐਸਾ ਕੰਮ ਕਰੀਏ। ਹਾਂਜੀ, ਸੰਗਤ ਮਹਿ ਪੰਚਾਮਿਤ ਹੋਈ, ਤਿਹ ਤੇ ਲੇਕਰ ਚੱਲੀਐ ਸੋਈ। ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਹੈ, ਜਿੱਥੇ ਪਤਾਲ ਚ ਮਹਾਰਾਜ ਖਲੋਤੇ ਹੈ, ਮਹਾਰਾਜ ਕਹਿੰਦੇ ਇੱਥੇ ਸੰਗਤ ਹੁੰਦੀ ਹੈ, ਪਰਮੇਸ਼ਰ ਦੇ ਪਿਆਰੇ ਸੰਗਤ ਕਰਦੇ, ਤੇ ਸੰਗਤ ਵਿੱਚ ਕੜਾਹ ਪ੍ਰਸ਼ਾਦ ਤਿਆਰ ਹੋ ਗਿਆ। ਅੱਜ ਕੇ ਆਖੋ ਵਾਹਿਗੁਰੂ। ਵੇਖ ਲਓ, ਗੁਰੂ ਘਰ ਦਾ ਕੜਾਹ ਪ੍ਰਸ਼ਾਦ ਵੀ ਆਮ ਨਹੀਂ ਹੁੰਦਾ, ਕੜਾਹ ਪ੍ਰਸ਼ਾਦ। ਅਸ ਕਹਿ ਗਏ ਜਹਾਂ ਸਤ ਸੰਗਤ, ਬੈਠੀ ਸੰਤਨ ਕੀ ਸ਼ੁਭ ਪੰਗਤ। ਅਸ ਕਹਿ ਗਏ ਜਹਾਂ ਸਤ ਸੰਗਤ, ਇਹ ਗੱਲ ਕਹਿ ਕੇ
ਸੱਚੇ ਪਾਤਸ਼ਾਹ ਮਹਾਰਾਜ ਪੀਰ ਦੇ ਪੁੱਤਰ ਨੂੰ ਉੱਥੇ ਲੈ ਗਏ ਜਿੱਥੇ ਸੰਗਤ ਆਉਂਦੀ ਹੈ ਜੀ। ਵੇਖ ਲਓ ਕੱਲੀ ਇੱਥੇ ਨਹੀਂ ਆਉਂਦੀ, ਇਸ ਧਰਤੀ 'ਤੇ ਨਹੀਂ ਹੋ ਰਹੀ ਸੰਗਤ ਜੀ, ਲੱਖਾਂ ਹੀ ਧਰਤੀਆਂ 'ਤੇ, ਸਭ ਧਰਤੀਆਂ ਤਾਂ ਹੀ ਟਿਕੀਆਂ ਨੇ ਜੇ ਵਾਹਿਗੁਰੂ ਜੀ ਦਾ ਨਾਮ ਜਪਿਆ ਜਾ ਰਿਹਾ ਜੀ। ਪਤਾਲ 'ਚ ਹੇਠਾਂ ਜਿੱਥੇ ਸੰਗਤ ਆਉਂਦੀ ਸੀਗੀ। ਹਾਂਜੀ, ਸ਼੍ਰੀ ਗੁਰੂ ਕੋ ਅਵਲੋਕਾ ਜਬ ਹੀ ਉਰ ਭਰ ਹਰਖ ਉੱਠੇ ਸਭ ਤਬ ਹੀ। ਜਦੋਂ ਪਤਾਲ ਵਿੱਚ ਮਹਾਰਾਜ ਲੈ ਗਏ ਨਾ ਜੀ ਉਹਨੂੰ, ਅਤੇ ਜਾਂਦਿਆਂ ਨੂੰ ਉੱਥੇ ਸਾਰੇ ਬੈਠੇ ਅਤੇ ਕੜਾ ਪ੍ਰਸ਼ਾਦ ਤਿਆਰ ਹੋਇਆ ਜੀ, ਅਤੇ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਦੇ ਵਿੱਚ ਗਏ। ਜਦੋਂ ਉੱਥੇ ਸੰਗਤ ਕਰ ਰਹੇ ਮਨੁੱਖਾਂ ਨੇ ਵੇਖਿਆ ਧੰਨ ਗੁਰੂ ਨਾਨਕ ਸਾਹਿਬ ਆਏ, ਸਾਰੇ ਹੀ ਉੱਠ ਕੇ ਖਲੋ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਵੀ ਮੈਂ ਬੇਨਤੀ ਕਰਾਂ, ਸਰੀਰ ਧਾਰਨ ਕਰਕੇ ਆਪ ਪਰਮੇਸ਼ਰ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਇਸ ਵਾਰ ਇਸ ਧਰਤੀ 'ਤੇ ਆਏ ਹੈ। ਪਰ ਪਿਆਰਿਓ, ਪਤਾ ਨਹੀਂ ਕਿੰਨੀ ਕੁ ਵਾਰੀ ਅਵਤਾਰ ਧਾਰਨ ਕਰਕੇ ਕਿਹੜੀਆਂ ਕਿਹੜੀਆਂ ਧਰਤੀਆਂ 'ਤੇ ਮਹਾਰਾਜ ਨੇ ਭਾਗ ਲਾਏ ਹੈ ਜੀ। ਇਹ ਵੀ ਗੱਲ ਪੱਕੀ 'ਚ ਗੁਰੂ ਸਾਹਿਬ ਦਾ ਸਰੀਰ ਨਹੀਂ ਮਿਲਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਹੋਰ ਪਤਾਲਾਂ ਦੇ ਵਿੱਚ ਭਾਗ ਲਾਉਂਦੇ ਜੀ, ਹੋਰ ਆਕਾਸ਼ਾਂ 'ਚ ਜਿੱਥੇ ਭਗਤੀ ਹੋ ਰਹੀ ਹੈ। ਉਹਨਾਂ ਵੇਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਆਏ ਹੈ, ਸਾਰੇ ਉੱਠ ਕੇ ਖਲੋ ਗਏ ਜੀ। ਹਾਂਜੀ, ਪਦ ਪੰਕਜ ਪ੍ਰਬੰਧਨ ਧਾਰੀ, ਉਹ ਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਣ ਲੱਗ ਪਏ ਜੀ। ਹਾਂਜੀ, ਬੈਠਾਰੇ ਪੁੰਨ ਸਭਾ ਮਝਾਰੀ, ਸਾਰੀ ਸਭਾ ਵਿੱਚ ਉੱਚੀ ਥਾਂ ਤੇ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਿਠਾ ਦਿੱਤਾ ਜੀ। ਵੇਖ ਲਓ ਪਤਾਲ ਵਿੱਚ। ਪਿਆਰਿਓ, ਇਸ ਸੰਸਾਰ ਕਰੋੜਾਂ ਬ੍ਰਹਿਮੰਡਾਂ 'ਚ ਐਸੀ ਕੋਈ ਥਾਂ ਨਹੀਂ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਨਹੀਂ ਚੱਲਦੀ ਜੀ। ਹਾਂਜੀ, ਦੀਪ ਬਾਰ ਆਰਤੀ ਉਤਾਰੀ, ਪੂਜਨ ਕੀਨ ਪ੍ਰਸੰਸ ਉਚਾਰੀ। ਫਿਰ ਉਸ ਪਤਾਲ ਵਿੱਚ ਜੋ ਸਤਿਕਾਰ ਦਾ ਤਰੀਕਾ ਸੀ ਨਾ, ਉਵੇਂ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਰਤੀ ਵੀ ਕੀਤੀ ਜੀ। ਹਰ ਜੀ, ਹਾਂਜੀ, ਕਰ ਪੰਚਰਾਮਿਤ ਕੋ ਭਲ ਰੀਤੀ, ਕੀਏ ਅਰਦਾਸ ਖਰੇ ਯੁੱਤ ਪ੍ਰੀਤੀ। ਉਹਨਾਂ ਮਨੁੱਖਾਂ ਨੇ ਸਤਿਗੁਰੂ ਜੀ ਦੇ ਸਾਹਮਣੇ ਖਲੋ ਕੇ ਅਰਦਾਸ ਕੀਤੀ ਹੈ, ਅਤੇ ਮਰਿਆਦਾ ਇਹੋ ਹੀ ਵਰਤੀ ਹੈ, ਕੜਾ ਪ੍ਰਸ਼ਾਦ ਨੂੰ ਭੋਗ ਲਾਇਆ ਹੈ ਜੀ। ਹਾਂਜੀ, ਬਾਹਰੋ ਬਾਂਟ ਦੀਨ ਸਭ ਤਾਈਂ, ਫਿਰ ਉਹ ਪ੍ਰਸ਼ਾਦ ਸਾਰਿਆਂ ਦੇ ਵਿੱਚ ਵੰਡਿਆ, ਕੜਾ ਪ੍ਰਸ਼ਾਦ। ਲੀਨ ਪੀਰ ਸੁੱਤ ਹਰਖ ਵਡਾਈ, ਅਤੇ ਪੀਰ ਦੇ ਪੁੱਤਰ ਨੇ ਵੀ ਛਕਿਆ ਹੈ ਜੀ ਕੜਾ ਪ੍ਰਸ਼ਾਦ। ਹਾਂਜੀ, ਹੁਣ ਇਹ ਕੜਾ ਪ੍ਰਸ਼ਾਦ ਦੀ ਕਥਾ ਕਰਦਿਆਂ ਕਰਦਿਆਂ ਮੇਰਾ ਛਕਣ ਨੂੰ ਜੀ ਕਰਨ ਲੱਗ ਪੈਂਦਾ ਜੀ। ਹਾਂਜੀ, ਕੜਾ ਪ੍ਰਸ਼ਾਦ ਹੈ ਹੀ ਐਸੀ ਵਸਤੂ ਹੈ, ਸਤਿਗੁਰੂ ਨੇ ਉੱਤਮ ਵਸਤੂ ਸਾਨੂੰ ਬਖਸ਼ਿਸ਼ ਕੀਤੀ ਹੈ। ਵਿਗਿਆਨੀਆਂ ਮੁਤਾਬਕ, ਡਾਕਟਰਾਂ ਮੁਤਾਬਕ, ਇਹਦੇ ਤੋਂ ਉੱਤੇ ਪੌਸ਼ਟਿਕ ਚੀਜ਼ ਕੋਈ ਨਹੀਂ ਹੈ ਸਾਡੇ ਸਰੀਰ ਵਾਸਤੇ ਜੀ। ਸੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗਰੀਬ ਨਵਾਜ ਜੀ ਦੇ ਨਾਲ ਹੀ ਪੀਰ ਦੇ ਪੁੱਤਰ ਨੇ ਵੀ ਪ੍ਰਸ਼ਾਦ ਲਿਆ। ਇਸ ਬਿਦ ਬਹੁ ਸੰਗਤ ਕੇ ਮਾਹੀ, ਫਿਰੇ ਪ੍ਰਭੂ ਦਿਖਰਾਈ ਤਾਹੀ। ਮਹਾਰਾਜ ਨੇ ਸਾਰੀ ਸੰਗਤ ਪੀਰ ਦੇ ਪੁੱਤਰ ਨੂੰ ਵਿਖਾਈ, ਔਰ ਇਹ ਵੀ ਆਖਿਆ ਸਾਡੀ ਧਰਤੀ ਨਹੀਂ ਹੈਗੀ, ਜਿਸ ਧਰਤੀ ਦੇ ਖਿੱਤੇ 'ਤੇ ਅਸੀਂ ਰਹੇ ਨੇ ਉਹ ਨਹੀਂ ਹੈ, ਇਹ ਪਤਾਲ ਹੈ। ਹਾਂਜੀ, ਜਬ ਕੱਚ ਕੌਲ ਪੂਰ ਤਹਿਲੀਨਾ, ਸ਼੍ਰੀ ਗੁਰੂ ਬਾਹਰ ਪਿਆਨੋ ਕੀਨਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਨਾਲ ਪੀਰ ਦੇ ਪੁੱਤਰ ਨੇ ਵੀ ਰੱਜ ਕੇ ਪ੍ਰਸ਼ਾਦ ਛਕਿਆ ਜੀ। ਮਹਾਰਾਜ ਕਹਿਣ ਲੱਗੇ, ਪੁੱਤਰਾ ਤੇਰੇ ਬਾਪ ਨੇ ਮੰਨਣਾ ਨਹੀਂ ਵੀ ਥੱਲੇ ਵਾਹਿਗੁਰੂ ਕੜਾ ਪ੍ਰਸ਼ਾਦ ਵਰਤਦਾ। ਕਹਿਣ ਲੱਗਾ ਮਹਾਰਾਜ ਕੀ ਕਰੀਏ, ਸਤਿਗੁਰੂ ਕਹਿਣ ਲੱਗੇ ਨਿਸ਼ਾਨੀ ਲੈ ਜਾ। ਅਤੇ ਸਾਧ ਸੰਗਤ ਜੀ, ਇੱਕ ਕੱਚ ਕੌਲ ਭਰ ਕੇ ਕੜਾ ਪ੍ਰਸ਼ਾਦ ਦਾ ਪੀਰ ਦੇ ਪੁੱਤਰ ਨੇ ਨਾਲ ਲੈ ਰਿਹਾ ਜੀ। ਹਾਂਜੀ, ਤਬ ਬਗਦਾਦ ਦੇਸ਼ ਮਹਿ ਆਏ, ਹੁਤੋ ਪੀਰ ਬੈਠੇ ਹੋ ਜਿਹ ਥਾਏ। ਅਜੇ ਸਾਰੇ ਉੱਥੇ ਹੀ ਬੈਠੇ ਸਨ,
ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਪੀਰ ਦੇ ਪੁੱਤਰ ਦੇ ਸਮੇਤ ਉੱਥੇ ਪ੍ਰਗਟ ਹੋ ਗਏ ਜੀ। ਇਹ ਗੁਰੂ ਸਾਹਿਬ ਦੀ ਕਥਾ ਹੈ, ਇਹ ਪਰਮੇਸ਼ਰ ਦੀ ਕਥਾ ਹੈ। ਹਾਂਜੀ, ਬੂਜਨ ਕੀਨ ਪੀਰ ਸੁੱਤ ਤਾਈ ਲੱਖ ਪਾਤਾਲ ਨਭ ਦੇਖੇ ਜਾਈ। ਤੇ ਪੀਰ ਆਪਣੇ ਪੁੱਤਰ ਨੂੰ ਉਸੇ ਵੇਲੇ ਪੁੱਛਦਾ, ਦਸਤਗੀਰ ਕਹਿੰਦਾ ਕਿਉਂ ਲੱਖ ਪਾਤਾਲ ਤੇ ਲੱਖ ਆਕਾਸ਼ ਵੇਖ ਆਇਆ। ਹਾਂਜੀ, ਕਹਿ ਫਕੀਰ ਨੇ ਝੂਠ ਅਲਾਏ, ਇਹ ਝੂਠ ਹੀ ਕਹਿੰਦੇ ਆਏ। ਹਾਂਜੀ, ਹਟ ਕੈ ਤੂਰਨ ਤੁਮ ਚਲ ਆਏ, ਬੜੀ ਛੇਤੀ ਵਾਪਸ ਵੀ ਆ ਗਿਆ ਗੱਜ ਕੇ ਆਖੋ। ਵਾਹਿਗੁਰੂ। ਹੁਣ ਪੀਰ ਦੇ ਪੁੱਤਰ ਨੂੰ ਤਾਂ ਇੰਜ ਲੱਗਦਾ ਜਿਵੇਂ ਸਾਲ ਲੰਘ ਗਏ ਆ। ਹਾਂਜੀ, ਬਿਸਮਿਓ ਦਸਤਗੀਰ ਸੁੱਤ ਸੁਣ ਕੇ, ਪੀਰ ਦਸਤਗੀਰ ਦਾ ਪੁੱਤ ਸੁਣ ਕੇ ਬੜਾ ਹੈਰਾਨ ਹੋਇਆ। ਅਤਿਸ਼ੈ ਅਚਰਜ ਕੋ ਮਨ ਗੁਣ ਕੈ, ਉਹਨੇ ਬੜੀ ਅਚਰਜਤਾਈ ਵਾਲੀ ਘਟਨਾ ਮੰਨੀ। ਹਾਂਜੀ, ਕਹਿਣ ਲੱਗਿਓ ਹੇ ਪਿਤਾ ਸੁਨੀਜੈ ਇਹ ਦਰਵੇਸ਼ ਖੁਦਾਏ ਲਖੀਜੈ। ਉਹਨੇ ਸਾਰੀ ਘਟਨਾ ਤੇ ਬਾਅਦ ਵਿੱਚ ਦੱਸੀ ਵੀ ਮੈਂ ਕੀ ਵੇਖਿਆ ਤੇ ਕੀ ਨਹੀਂ ਵੇਖਿਆ, ਉਹ ਤੇ ਸਾਰਾ ਕੁਝ ਬਾਅਦ ਵਿੱਚ ਦੱਸਿਆ। ਕਹਿਣ ਲੱਗਾ ਪਿਤਾ ਜੀ, ਸਭ ਤੋਂ ਪਹਿਲੀ ਗੱਲ ਇਹ ਫਕੀਰ ਫਕੀਰਨੀ ਚ ਆਪ ਖੁਦਾ ਹੀ ਹੈ, ਇਹ ਤੇ ਆਪ ਖੁਦਾ ਧਰਤੀ ਤੇ ਆਏ ਹੈ। ਹਾਂਜੀ, ਤੁਮ ਤੋਂ ਕਹਿਓ ਕਿ ਤੂਰਨ ਆਏ, ਤੁਸੀਂ ਤੇ ਕਹਿੰਦੇ ਵੀ ਝੱਟ ਆ ਗਏ ਹੋ, ਛੇਤੀ ਆ ਗਏ ਹੋ। ਕਿਤੇ ਸਾਹਸ ਹਮ ਬਰਖ ਬਿਤਾਏ, ਅਸੀਂ ਤਾਂ ਕਈ ਸੌ ਸਾਲ ਬਤੀਤ ਕਰਕੇ ਆਏ ਹਾਂ ਗੱਜ ਕੇ ਆਖੋ। ਵਾਹਿਗੁਰੂ। ਹੁਣ ਇਹੋ ਹੀ ਖੇਡ ਹੈ ਜਿਹੜੀ ਸਮਝ ਨਹੀਂ ਆਉਂਦੀ। ਅਸੀਂ ਥੋੜ੍ਹੀ ਬੁੱਧੀ ਵਾਲੇ ਹਾਂ ਸੰਗਤ ਜੀ, ਸਾਨੂੰ ਸਮਝ ਨਹੀਂ ਆ ਸਕਦੀ। ਹਾਂਜੀ, ਲੱਖ ਪਾਤਾਲ ਆਕਾਸ਼ ਦਿਖਾਏ ਬਾਹਰੋਂ ਔਰਕ ਹੱਥ ਨਾ ਆਏ। ਕਹਿਣ ਲੱਗਾ ਲੱਖਾਂ ਹੀ ਸਾਲ ਬਤੀਤ ਕੀਤੇ ਤੇ ਲੱਖਾਂ ਹੀ ਆਕਾਸ਼ ਵੇਖੇ ਤੇ ਲੱਖਾਂ ਹੀ ਪਾਤਾਲ ਵੇਖੇ, ਪਿਤਾ ਜੀ ਜੋ ਇਹ ਕਹਿੰਦੇ ਬਿਲਕੁਲ ਸੱਚ ਹੈਗਾ ਜੀ। ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਓੜਕ ਓੜਕ ਪਹਾਲ ਥੱਕੇ ਵੇਦ ਕਹਿਣ ਇੱਕ ਵਾਤ। ਜੋ ਇਹ ਕਹਿ ਰਹੇ ਬਿਲਕੁਲ ਸੱਚ ਹੈਗਾ ਜੀ। ਹਾਂਜੀ, ਗਯੋ ਹਾਰ ਅਵਲੋਕਿਓ ਜਬ ਹੀ, ਮੈਂ ਤੇ ਵੇਖਦਾ ਵੇਖਦਾ ਥੱਕ ਗਿਆ ਤੇ ਪਤਾਲ ਆਕਾਸ਼ ਨਹੀਂ ਮੁੱਕਦੇ। ਕਹਿ ਕਰ ਮੈਂ ਹਟ ਆਵਾ ਤਬ ਹੀ, ਤੇ ਮੈਂ ਆਪ ਇਹਨਾਂ ਨੂੰ ਵਾਪਸ ਲਿਆਉਂਦਾ, ਇਹ ਨਹੀਂ ਵਾਪਸ ਆਉਂਦੇ। ਹਾਂਜੀ, ਜਹ ਕਹਿ ਸੰਗਤ ਇਨਕੀ ਦੇਖੀ, ਹੋਰ ਵੱਡੀ ਗੱਲ ਅਸੀਂ ਜਿੱਥੇ ਗਏ ਆ ਉੱਥੇ ਇਹਨਾਂ ਦੀ ਸੰਗਤ ਹੈ, ਇਹਨਾਂ ਦੀ ਪੂਜਾ ਹੁੰਦੀ ਹੈ। ਪਦ ਪੂਜ ਹੈ ਕਰ ਪ੍ਰੀਤ ਵਿਸ਼ੇਖੀ, ਸਾਰੇ ਇਹਨਾਂ ਦੇ ਚਰਨਾਂ ਦੀ ਪੂਜਾ ਕਰਦੇ ਹੈ ਗੱਜ ਕੇ ਆਖੋ। ਸੰਗਤ ਜੀ ਇਹ ਸਾਡੇ ਵੀ ਕਈ ਬੰਦੇ ਨਹੀਂ ਮੰਨਣਗੇ ਜੀ ਇਹ ਗੱਲ, ਉਹ ਕਹਿਣਗੇ ਇਹ ਕਿਹੋ ਦੀਆਂ ਗੱਲਾਂ ਸੁਣਾਈ ਜਾਂਦਾ। ਪਰ ਸੰਗਤ ਜੀ ਇਹ ਤਾਂ ਪੀਰ ਦੇ ਪੁੱਤ ਨੂੰ ਪੁੱਛੋ ਜਿਹੜਾ ਵੇਖ ਆਇਆ ਸਾਰਾ ਕੁਝ, ਜਿਹੜਾ ਵੇਖ ਆਇਆ। ਹਾਂਜੀ, ਦਸਤਗੀਰ ਸੁਣ ਅਦਭੁਤ ਬਾਣੀ, ਦਸਤਗੀਰ ਇਹ ਗੱਲ ਸੁਣ ਕੇ ਬਿਸਮ ਰਹਿਓ ਕੁਛ ਜਾਤ ਨਾ ਜਾਣੀ, ਬੜਾ ਹੈਰਾਨ ਹੋਇਆ। ਕਹਿੰਦਾ ਤੂੰ ਕਹਿੰਦਾ ਲੱਖਾਂ ਸਾਲ ਲੰਘ ਗਏ, ਵਾਹਿਗੁਰੂ ਕਈ ਸੌ ਸਾਲ ਲੰਘ ਗਏ, ਹਜ਼ਾਰਾਂ ਸਾਲ ਲੰਘ ਗਏ। ਹਾਂਜੀ, ਇਹ ਠਾਂ ਘਟਕਾ ਬੀਤੀ ਦੋ, ਇੱਥੇ ਤੇ ਦੋ ਘੜੀਆਂ ਹੀ ਲੰਘੀਆਂ ਗੱਜ ਕੇ ਆਖੋ। ਵਾਹਿਗੁਰੂ। ਹੁਣ ਇਹਦਾ ਭਾਵ ਸਮਝਿਓ, ਜਿੰਨੀ ਕੁ ਮੈਨੂੰ ਸਤਿਗੁਰੂ ਨੇ ਸਮੱਤ ਦਿੱਤੀ ਮੈਂ ਉਹਦੇ ਮੁਤਾਬਕ ਬਚਨ ਕਰਨ ਲੱਗਾ। ਸੰਗਤ ਜੀ, ਗੁਰੂ ਨਾਨਕ ਸਾਹਿਬ ਨੇ ਲੱਖਾਂ ਸਾਲਾਂ ਦਾ ਸਫ਼ਰ ਦੋ ਘੜੀਆਂ ਵਿੱਚ ਬਤੀਤ ਕਰ ਦਿੱਤਾ ਜੀ। ਉਹਨੂੰ ਲੱਖਾਂ ਹੀ ਜਾਪਦੇ ਹੈ ਕਿਉਂਕਿ ਉਹਨਾਂ ਬ੍ਰਹਿਮੰਡਾਂ 'ਚ ਹੋ ਆਇਆ ਜੀ ਉਹ ਜੀ, ਪਰ ਅਸਲ ਵਿੱਚ ਦੋ ਘੜੀਆਂ 'ਚ ਮਹਾਰਾਜ ਨੇ ਵਿਖਾ ਤਾ ਇਹ ਵੀ ਤਾਕਤ 'ਚ। ਇੱਥੋਂ ਦਿੱਲੀ ਜਾਣਾ ਹੋਵੇ 10 ਘੰਟੇ ਲੱਗ ਜਾਂਦੇ, ਪਰ ਜਿਹੜੀ ਤਾਕਤ ਹੈ ਜਹਾਜ਼ 'ਤੇ ਉਹ 1.5 ਘੰਟੇ 'ਚ ਪਹੁੰਚ ਜਾਂਦਾ ਹੈ ਜੀ। ਹੁਣ ਕੋਈ ਆਖੇਗਾ ਇਹ ਕਿਵੇਂ ਹੋ ਗਿਆ ਜੀ, ਇੱਕ ਬੰਦਾ ਕਹੇਗਾ ਮੈਂ ਨਹੀਂ ਮੰਨਦਾ, ਮੈਂ ਤਾਂ 10 ਘੰਟੇ ਲਾ ਕੇ ਆਇਆ। ਦੂਜਾ ਕਹੇਗਾ ਨਾ ਮੰਨ, ਮੈਂ ਤਾਂ 1.5 ਘੰਟੇ 'ਚ ਆਇਆ ਨਾ, ਬਸ ਇੰਨਾ ਹੀ ਫਰਕ ਜੇ।
ਉਹ ਕਹਿੰਦਾ ਲੱਖਾਂ ਸਾਲ, ਉਹ ਕਹਿੰਦੇ ਨਹੀਂ ਅਜੇ ਦੋ ਘੜੀਆਂ ਹੋਈਆਂ। ਇਹਦਾ ਭਾਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲੱਖਾਂ ਸਾਲਾਂ ਦਾ, ਹਜ਼ਾਰਾਂ ਸਾਲਾਂ ਦਾ ਜਿਹੜਾ ਸਫ਼ਰ ਹੈ ਉਹ ਦੋ ਘੜੀਆਂ ਵਿੱਚ ਹੀ ਲੰਘਾ ਦਿੱਤਾ ਜੀ, ਕਿਉਂਕਿ ਆਪ ਪਰਮੇਸ਼ਰ ਹੈ ਨਾ, ਆਪ ਪਰਮੇਸ਼ਰ ਜੋ ਹੈ ਜੀ। ਹਾਂਜੀ, ਬੈਠੇ ਰਹੇ ਉੱਠੇ ਨਹਿ ਕੋਉ, ਉਹ ਕਹਿਣ ਲੱਗਾ ਜੇ ਤਾਂ ਦੋ ਘੜੀਆਂ ਬਤੀਤ ਹੋਈਆਂ, ਤੁਸੀਂ ਗਏ, ਅਸੀਂ ਸਾਰੇ ਇੱਥੇ ਹੀ ਬੈਠੇ ਹਾਂ, ਗਿਆ ਹੀ ਕੋਈ ਨਹੀਂ ਅਜੇ ਇੱਥੋਂ। ਹਾਂਜੀ, ਬਰਖ ਅਗਨ ਇਹ ਕਹਿਤ ਬਿਤਾਏ, ਤੇ ਤੂੰ ਕਹਿੰਦਾ ਵੀ ਅਣਗਿਣਤੀ ਸਾਲ ਦੱਸ ਰਿਹਾ। ਹਾਂਜੀ, ਲੱਖ ਪਤਾਲ ਆਕਾਸ਼ ਦਿਖਾਏ, ਇੰਨੇ ਥੋੜੇ ਸਮੇਂ 'ਚ ਤੂੰ ਲੱਖਾਂ ਸਾਲ ਕਹੀ ਜਾਂਦਾ, ਅਤੇ ਫਿਰ ਕਹਿੰਦਾ ਲੱਖਾਂ ਪਤਾਲ ਆਕਾਸ਼ ਵੀ ਵਿਖਾ ਦਿੱਤੇ ਹੈ। ਹਾਂਜੀ, ਸਭ ਬਿਦ ਲੱਖ ਕਹਿ ਬਾਤ ਅਸੰਭਾ, ਮਾਨ ਰਹੇ ਹੋ ਮਨ ਪ੍ਰੀ ਅਚੰਭਾ, ਇਹ ਤੇਰੀ ਗੱਲ ਅਸੰਭਵ ਜੀ ਲੱਗਦੀ ਹੈ। ਗੱਜ ਕੇ ਆਖੋ ਵਾਹਿਗੁਰੂ, ਉਹਨੂੰ ਆਪਣੇ ਪੁੱਤ 'ਤੇ ਵੀ ਯਕੀਨ ਨਹੀਂ ਆਇਆ ਜੀ, ਕਹਿੰਦਾ ਅਸੰਭਵ ਜੀ ਗੱਲ ਲੱਗਦੀ ਹੈ। ਹਾਂਜੀ, ਹਿਰਦੈ ਵਿਚਾਰ ਕੀਨ ਚਿਰ ਤਾਈ, ਫਿਰ ਕੁਝ ਸਮਾਂ ਚੁੱਪ ਰਿਹਾ। ਹਾਂਜੀ, ਸਭ ਪੀਰਨ ਮੈਂ ਮੋਰ ਵਡਾਈ, ਸੋਚਦਾ ਜਿੰਨੇ ਪੀਰ ਨੇ ਸਾਰੇ ਪੀਰਾਂ ਵਿੱਚੋਂ ਮੇਰੀ ਵੱਡੀ ਵਡਿਆਈ ਹੈ, ਸਾਰੇ ਮੈਨੂੰ ਵੱਡਾ ਕਹਿੰਦੇ ਆ। ਹਾਂਜੀ, ਅਜ਼ਮਤ ਮਾਨੀ ਮੋਹੇ ਸਮਾਨਾ, ਜਗਤ ਵਿਖੇ ਕੋ ਪਿਖੇ ਨਾ ਆਨਾ, ਅਜ਼ਮਤ ਮਾਹੀ ਮੋਹੇ ਸਮਾਨਾ, ਜਗਤ ਵਿਖੇ ਕੋ ਪਿਖੋ ਨਾ ਆਨਾ। ਸਾਰੇ ਇਹ ਕਹਿੰਦੇ ਵੀ ਜਿੰਨੀ ਵੱਡੀ ਕਰਾਮਾਤ ਦਸਤਗੀਰ ਵਿੱਚ ਹੈ ਦੂਜੇ 'ਚ ਹੈ ਕੋਈ ਨਹੀਂ ਜੀ। ਪਰ ਹਾਂਜੀ, ਸਭ ਹੀ ਆਨ ਮਨ ਹੈ ਮੋਰੀ, ਦੇਸ਼ ਨਿਵਾਏ ਪੱਗ ਕਰ ਚੋਰੀ, ਮੈਂ ਸਾਰੇ ਬਗਦਾਦ ਨੂੰ ਅੱਗੇ ਨਿਵਾਇਆ, ਸਾਰਾ ਬਗਦਾਦ ਮੇਰੀ ਈਨ ਮੰਨਦਾ ਹੈ, ਸਾਰਾ ਬਗਦਾਦ ਮੇਰੇ ਅੱਗੇ ਹੱਥ ਜੋੜਦਾ ਹੈ। ਹਾਂਜੀ, ਮਮ ਅਜ਼ਮਤ ਲੇਸ਼ ਨਾ ਇਸ ਆਗੇ, ਗੱਜ ਕੇ ਆਖੋ ਇੰਨੀ ਵੱਡੀ ਕਰਾਮਾਤ ਤੇ ਮੇਰੇ ਵਿੱਚ ਵੀ ਨਹੀਂ ਹੈਗੀ ਜਿੰਨੀ ਵੱਡੀ ਇਹਨਾਂ ਵਿੱਚ, ਇੰਨੀ ਵੱਡੀ ਤੇ ਮੇਰੇ ਵਿੱਚ ਵੀ ਨਹੀਂ ਹੈਗੀ, ਮੇਰੀ ਕਰਾਮਾਤ ਤੇ ਇਹਨਾਂ ਅੱਗੇ ਲੇਸ਼ ਜਿੰਨੀ ਵੀ ਨਹੀਂ ਹੈਗੀ, ਮੇਰੀ ਤੇ ਬਹੁਤ ਛੋਟੀ ਹੈ। ਹਾਂਜੀ, ਮੇਰ ਨਿਕਟ ਜਿਉ ਰੰਚਕ ਲਾਗੇ, ਉਹ ਮਨ 'ਚ ਸੋਚਦਾ ਸੁਮੇਰ ਪਰਬਤ ਦੇ ਲਾਗੇ ਰੇਤ ਦਾ ਕਿਣਕਾ ਹੋਵੇ ਜੀ, ਰੇਤ ਦਾ ਕਿਣਕਾ ਤੇ ਹੱਥ 'ਤੇ ਪਾਇਆ ਹੋਵੇ, ਚੰਗੀ ਤਰ੍ਹਾਂ ਨਹੀਂ ਵੇਖਦਾ ਜੀ, ਤੇ ਪਹਾੜ ਅੱਗੇ ਕਿੱਥੋਂ ਨਜ਼ਰ ਆਏਗਾ। ਕਹਿਣ ਲੱਗਾ ਮੈਂ ਤੇ ਕਿਣਕੇ ਵਰਗਾ, ਕਿਣਕੇ ਵਰਗਾ। ਹਾਂਜੀ, ਇਹ ਤੋਂ ਮਾਨੁਖ ਤਨ ਨਹਿ ਹੋਈ, ਗੱਜ ਕੇ ਆਖੋ ਬਸ ਇਹੋ ਗੱਲ ਹੀ ਸਾਡੇ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਜੀ, ਸਾਡੇ ਪ੍ਰਚਾਰਕਾਂ ਨੂੰ, ਜਿਹੜੀ ਪੀਰ ਦਸਤਗੀਰ ਨੂੰ ਸਮਝ ਆ ਗਈ ਜੀ। ਪੀਰ ਕਹਿਣ ਲੱਗਾ ਇਹ ਮਨੁੱਖ ਦਾ ਸਰੀਰ ਨਹੀਂ ਹੈ, ਇਹ ਮਨੁੱਖਾ ਸਰੀਰ ਨਹੀਂ ਹੈਗਾ। ਹਾਂਜੀ, ਆਹ ਖੁਦਾਏ ਧਰਿਓ ਤਨ ਸੋਈ, ਇਹ ਖੁਦਾ ਨੇ ਹੀ ਸਰੀਰ ਧਾਰਨ ਕੀਤਾ, ਇਹ ਖੁਦਾ ਨੇ ਹੀ ਸਰੀਰ ਧਾਰਨ ਕੀਤਾ। ਹਾਂਜੀ, ਇਸ ਕੀ ਸਰਬਰ ਹੋਏ ਨਾ ਕੋਉ, ਇਹਨਾਂ ਦੇ ਬਰਾਬਰ ਵੀ ਕੋਈ ਹੋਏਗਾ। ਹਾਂਜੀ, ਬੰਧਨ ਬਣੇ ਬੰਦ ਕਰ ਦੋ, ਇਹਨਾਂ ਅੱਗੇ ਤੇ ਮੈਨੂੰ ਹੱਥ ਜੋੜ ਕੇ ਮੱਥਾ ਟੇਕਣਾ ਚਾਹੀਦਾ, ਪੀਰ ਮਨ ਚ ਸੋਚਦਾ ਜੀ। ਹਾਂਜੀ, ਆਸ ਵਿਚਾਰ ਕੈ ਪਾਇਨ ਪਰਿਓ, ਇਹ ਵਿਚਾਰ ਕਰਕੇ ਵੀ ਇਹ ਬੜੇ ਹੀ ਵੱਡੇ ਹੈ, ਮੈਂ ਤੇ ਇਹਨਾਂ ਅੱਗੇ ਕਿਣਕੇ ਮਾਤਰ ਵੀ ਨਹੀਂ, ਇਹ ਵਿਚਾਰ ਕਰਕੇ ਪੀਰ ਨੇ ਸ਼ਰਮ ਲਾ ਤੀ, ਪਿਆਰਿਓ ਲੋਕਾਂ ਦੀ ਸੰਗ ਨਹੀਂ ਰੱਖੀ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸਿਰ ਰੱਖ ਦਿੱਤਾ ਜੀ ਉਹਨੇ ਜੀ। ਹਾਂਜੀ, ਉਰਕੋ ਸਕਲ ਗਰਭ ਪਰ ਹਰਿਓ, ਆਪਣੇ ਅੰਦਰ ਦਾ ਹੰਕਾਰ ਸੁੱਟਤਾ ਜੀ, ਕੱਢ ਕੇ ਜੀ ਦੂਰ ਕਰਤਾ ਜੀ, ਅਸਲ 'ਚ ਮਹਾਰਾਜ ਨੇ ਇਹਦੇ 'ਤੇ ਮਿਹਰ ਕਰ ਦਿੱਤੀ ਜੀ। ਹਾਂਜੀ, ਸਭ ਮੁਰੀਦ ਕੋ ਗਿਰਾ ਅਲਾਈ, ਸਭ ਆਪਣੇ ਚੇਲਿਆਂ ਨੂੰ ਪੀਰ ਦਸਤਗੀਰ ਕਹਿਣ ਲੱਗਾ, ਪੱਗ ਲੱਗ ਲੇਹੋ ਖਤਾ ਬਖਸ਼ਾਈ, ਕਹਿਣ ਲੱਗਾ ਮੇਰੇ ਬੱਚਿਓ ਇਹਨਾਂ ਦੇ ਚਰਨਾਂ 'ਚ ਢਹਿ ਜਾਓ, ਜਿੰਨੀਆਂ ਗਲਤੀਆਂ ਕੀਤੀਆਂ ਸਾਰੀਆਂ ਹੀ ਬਖਸ਼ਾ ਲਓ, ਕਹਿਣ ਲੱਗਾ ਸਾਰੀਆਂ ਹੀ ਬਖਸ਼ਾ ਲਓ। ਹਾਂਜੀ, ਇਸ ਕੋ ਮਾਨੁਖ ਤਨ ਨਹਿ ਜਾਨੋ, ਇਸ ਕੋ ਮਾਨੁਖ ਤਨ ਨਹਿ ਜਾਨੋ, ਵੇਖਦਾ ਹੀ ਹੈ ਵੀ ਮਨੁੱਖਾ ਸਰੀਰ ਹੈ ਪਰ ਇਹ ਮਨੁੱਖਾ ਸਰੀਰ ਨਹੀਂ ਹੈ।
ਅੱਲਾਹ ਖੁਦਾਏ ਰੂਪ ਪਛਾਨੋ, ਅੱਲਾਹ ਖੁਦਾਏ ਸਰੂਪ ਪਛਾਨੋ, ਇਹ ਤਾਂ ਅੱਲਾਹ ਖੁਦਾ ਦੇ ਸਰੂਪ ਨੇ, ਇਹ ਤਾਂ ਆਪ ਪਰਮੇਸ਼ਰ ਆਏ ਧਰਤੀ ਤੇ ਖੁਦਾ ਆ ਗਏ। ਹਾਂਜੀ, ਲੋਗਨ ਸੁਣ ਨਿਯੋਗ ਨਿਜ ਪੀਰਾ, ਲੋਕਾਂ ਨੇ ਆਪਣੇ ਪੀਰ ਦੀ ਆਗਿਆ ਸੁਣੀ ਜੀ। ਹਾਂਜੀ, ਨਿਸ਼ਚੈ ਜਾਣਿਓ ਗੁਨੀ ਗਹੀਰਾ, ਲੋਕ ਕਹਿਣ ਲੱਗੇ ਸਾਡਾ ਪੀਰ ਸਿਫਤ ਕਰ ਰਿਹਾ, ਗੱਲ ਤੇ ਹੋਏਗੀ। ਹਾਂਜੀ, ਪਾਇਨ ਆਏ ਉਤਾਇਲ ਪਰੇ, ਲਓ ਜੀ ਸਾਰਾ ਹੀ ਬਗਦਾਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਝੁੱਕ ਗਿਆ ਜੀ। ਹਾਂਜੀ, ਨਾਨਾ ਵਿਧਨ ਉਪਾਇਨ ਧਰੇ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਭੇਟਾਵਾਂ ਕਰਨ ਲੱਗ ਪਏ। ਉਤਰੇ ਅਧੋ ਪੂਜਾ ਸਭ ਹੀ ਕੀ, ਉਹ ਜਿਨ੍ਹਾਂ ਦੀਆਂ ਪੂਜਾਵਾਂ ਅਜੇ ਇੱਥੇ ਹੀ ਸਨ, ਦੋ ਘੜੀਆਂ ਹੋ ਗਈਆਂ, ਪੀਰ ਨੇ ਤਾਕਤ ਲਾ ਲਈ, ਹੇਠਾਂ ਨਹੀਂ ਸੀ ਆਉਂਦੀਆਂ, ਉਹਨਾਂ ਦੀਆਂ ਪੂਜਾਵਾਂ ਵੀ ਥੱਲੇ ਆ ਗਈਆਂ। ਭਾਈ ਅਗਾਰੀ ਬਿਧ ਜਿਉ ਨੀਕੀ, ਤੇ ਪਹਿਲਾਂ ਵਰਗੀਆਂ ਸਾਰੀਆਂ ਹੋ ਗਈਆਂ। ਤਿਹ ਸ਼ਿਨ ਸ਼ਰਧਾ ਬਦੀ ਮਹਾਨਾ, ਉਸੇ ਵੇਲੇ ਹੀ ਸਾਰਿਆਂ ਦੀ ਸ਼ਰਧਾ ਹੋਰ ਵੱਧ ਗਈ। ਪੂਜਨ ਲੱਗਿਓ ਸਰਬ ਤੁਰਕਾਨਾ, ਤੇ ਪਿਆਰਿਓ ਸਾਰੇ ਦਾ ਸਾਰਾ ਤੁਰਕ ਟੋਲਾ ਜਿੰਨਾ ਉੱਥੇ ਸਮੂਹ ਸੀ, ਸਾਰਾ ਗੁਰੂ ਨਾਨਕ ਸਾਹਿਬ ਜੀ ਨੂੰ ਪੂਜਣ ਲੱਗ ਪਿਆ ਜੀ, ਗੁਰੂ ਨਾਨਕ ਸਾਹਿਬ ਨੂੰ ਮੰਨਣ ਲੱਗ ਪਿਆ। ਗੁਰੂ ਨਾਨਕ ਕੀ ਵਡਿਆਈ, ਗੁਰ ਨਾਨਕ ਕੀ ਵਡਿਆਈ, ਗੁਰ ਨਾਨਕ ਕੀ, ਗੱਜ ਕੇ ਆਪਣੇ ਮਹਾਰਾਜ ਦੀ ਵਡਿਆਈ ਕਰਨੀ ਹੈ, ਕਿਤੇ ਢਿੱਲ ਨਾ ਰੱਖਿਆ ਕਰੋ, ਜਿੰਨੀ ਵਡਿਆਈ ਕਰੋਗੇ ਸੁੱਖ ਮਿਲੇਗਾ। ਗੁਰੂ ਨਾਨਕ ਕੀ ਵਡਿਆਈ, ਗੁਰ ਨਾਨਕ ਕੀ ਵਡਿਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਗੁਰ ਨਾਨਕ ਕੀ ਵਡਿਆਈ। ਸਾਧ ਸੰਗਤ ਜੀ, ਸਾਰਾ ਤੁਰਕਾਂ ਦਾ ਸਮੂਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਪੈ ਗਿਆ। ਪ੍ਰਭ ਸਭ ਕੋ ਦੀਨੋ ਉਪਦੇਸ਼ਾ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਬਰਾਬਰ ਜੀ। ਹਾਂਜੀ, ਸਤ ਨਾਮ ਸਿਮਰੋ ਜਗਤੇਸ਼ਾ, ਭਾਈ ਐ ਮਨੋ ਹੋ ਕੇ ਉਸ ਵਾਹਿਗੁਰੂ ਜੀ ਦਾ ਨਾਮ ਜਪਿਆ ਕਰੋ। ਹਾਂਜੀ, ਪੱਖ ਬਾਦ ਕੋ ਭੁੱਲ ਨਾ ਕਰੀਏ, ਭੁੱਲ ਕੇ ਵੀ ਹਿੰਦੂ ਮੁਸਲਮਾਨ ਦੇ ਭੇਦ 'ਚ ਨਾ ਪਿਓ। ਅਤੇ ਭਾਈ ਬਾਲਾ ਜੀ ਦੀ ਜਨਮ ਸਾਖੀ ਵਿੱਚ ਇੱਕ ਬੜਾ ਪਿਆਰਾ ਬੋਲ ਲਿਖਿਆ ਉਹਨਾਂ ਨੇ, ਉਹ ਲਿਖਦੇ ਆ ਸਾਧ ਸੰਗਤ ਜੀ, ਭਾਈ ਬਾਲਾ ਜੀ ਦੀ ਜਨਮ ਸਾਖੀ 'ਚ ਬੋਲ ਆਉਂਦਾ, ਪੀਰ ਦੇ ਚੇਲਿਆਂ ਨੇ ਬੇਨਤੀ ਕੀਤੀ ਜੀ ਕਿਵੇਂ ਨਾ ਭੇਦ ਕਰੀਏ, ਕਿਉਂ ਅਸੀਂ ਕਹਿੰਦੇ ਹਾਂ ਇੱਕ ਵਾਰ ਮਰ ਕੇ ਬੰਦਾ ਨਹੀਂ ਮਰਦਾ, ਹਿੰਦੂ ਕਹਿੰਦੇ ਬਾਰ ਬਾਰ ਜੰਮਦਾ ਬਾਰ ਬਾਰ ਮਰਦਾ, ਬੜਾ ਵੱਡਾ ਫਰਕ ਹੈ। ਕਹਿਣ ਲੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਤੁਸੀਂ ਵੀ ਠੀਕ ਹੋ, ਹਿੰਦੂ ਵੀ ਠੀਕ ਨੇ। ਕਹਿੰਦੇ ਉਹ ਕਿਵੇਂ? ਮਹਾਰਾਜ ਕਹਿੰਦੇ ਜਿਹੜਾ ਅਗਿਆਨੀ ਹੈ ਉਹ ਬਾਰ ਬਾਰ ਜੰਮਦਾ ਬਾਰ ਬਾਰ ਮਰਦਾ ਹੈ, ਗਿਆਨੀ ਨਾ ਜੰਮਦਾ ਹੈ ਨਾ ਮਰਦਾ ਹੈ। ਜਿਹਦੇ ਅੰਦਰ ਬ੍ਰਹਮ ਗਿਆਨ ਪੈਦਾ ਹੋ ਗਿਆ, ਜਿਹੜਾ ਤੁਰਕ ਖੁਦਾ ਦਾ ਰੂਪ ਹੋ ਗਿਆ, ਉਹ ਨਹੀਂ ਮਰਦਾ ਉਹ ਨਹੀਂ ਜੰਮਦਾ, ਪਰ ਜਿਹਦੇ ਅੰਦਰ ਅਜੇ ਵਿਕਾਰ ਭਰੇ ਪਏ ਹੈ, ਅਗਿਆਨਤਾ ਹੈ, ਉਹ ਜੰਮਦਾ ਰਹਿੰਦਾ ਉਹ ਮਰਦਾ ਵੀ ਰਹਿੰਦਾ ਹੈ। ਮਹਾਰਾਜ ਨੇ ਉਹਨਾਂ ਨੂੰ ਸਮਝਾਇਆ, ਪੱਖ ਬਾਦ ਕੋ ਭੁੱਲ ਨਾ ਕਰੀਏ, ਭੁੱਲ ਕੇ ਵੀ ਹਿੰਦੂ ਮੁਸਲਮਾਨ ਦਾ ਭੇਦ ਨਾ ਕਰੋ। ਇੱਕ ਖੁਦਾਏ ਸਭ ਵਿਖੇ ਨਿਹਰੀਏ, ਸਾਰਿਆਂ ਵਿੱਚ ਇੱਕ ਖੁਦਾ ਨੂੰ ਵੇਖੋ। ਕਰੋ ਜੇ ਦ੍ਰਿੜ ਅਸ ਬਿਦ ਅਭਿਆਸਾ, ਜੇ ਤੁਸੀਂ ਦ੍ਰਿੜ ਹੋ ਕੇ ਇਸ ਗੱਲ ਦਾ ਅਭਿਆਸ ਕਰੋਗੇ, ਪ੍ਰਾਪਤ ਹੋਏ ਮੁਕਤ ਸੁਖ ਰਾਸਾ, ਤੇ ਤੁਹਾਨੂੰ ਮੁਕਤੀ ਪ੍ਰਾਪਤ ਹੋਏਗੀ, ਮੁਕਤੀ ਪ੍ਰਾਪਤ ਹੋਏਗੀ। ਕਿਤਕ ਦਿਵਸ ਗੁਰ ਤਹਾਂ ਗੁਜ਼ਾਰੇ, ਕੁਝ ਕੁ ਦਿਨ ਸੱਚੇ ਪਾਤਸ਼ਾਹ ਜੀ ਨੇ ਉੱਥੇ ਗੁਜ਼ਾਰੇ ਹੈ। ਹਾਂਜੀ, ਦੇ ਉਪਦੇਸ਼ ਅਧਿਕ ਨਰ ਤਾਰੇ, ਵਾਹਿਗੁਰੂ ਬਗਦਾਦ 'ਚ ਉਪਦੇਸ਼ ਦੇ ਕੇ ਬੜਿਆਂ ਨੂੰ ਤਾਰਿਆ ਸਤਿਗੁਰੂ ਜੀ ਨੇ।
ਬਾਹਰ ਗਵਨ ਕੀ ਕੀਨੀ ਤਿਆਰੀ, ਨਮਸਕਾਰ ਤੇ ਚਰਨ ਹਮਾਰੀ। ਉੱਥੋਂ ਮਹਾਰਾਜ ਨੇ ਅੱਗੇ ਚੱਲਣ ਦੀ ਤਿਆਰੀ ਕੀਤੀ। ਕਵੀ ਸੰਤੋਖ ਸਿੰਘ ਕਹਿੰਦੇ, ਮੇਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਨਮਸਕਾਰ ਹੈ। ਅਤੇ ਬਗਦਾਦ ਆਸੇ ਪਾਸੇ ਇਲਾਕਾ ਬੜਾ ਵੱਡਾ ਜੀ। ਉਹਨਾਂ ਦਿਨਾਂ 'ਚ ਜਦੋਂ ਮਹਾਰਾਜ ਗਏ ਹੈ ਅਤੇ ਸੰਗਤ ਜੀ, ਈਰਾਨ ਦੇ ਜੰਗਲ ਵਿੱਚ ਇੱਕ ਫਕੀਰ ਲੰਘ ਰਿਹਾ ਸੀ। ਉਹਨੇ ਵੇਖਿਆ ਵੀ ਤਿੰਨ ਜਣੇ ਬੈਠੇ ਹੈ, ਇੱਕ ਦਾੜਾ ਲੰਬਾ ਹੈ, ਹੱਥ 'ਚ ਮੋਰਾਂ ਦਾ ਖੰਭ ਹੈ, ਉਹ ਝੱਲਦਾ ਮਹਾਰਾਜ ਨੂੰ। ਇੱਕ ਕੋ ਰਬਾਬ ਹੈ ਅਤੇ ਜਿਹੜਾ ਵਿਚਲਾ ਸਰੂਪ ਹੈ, ਉਹਨਾਂ ਦੇ ਚਿਹਰੇ 'ਤੇ ਨੂਰ ਬੜਾ ਹੈ, ਦਗ ਦਗ ਕਰਦਾ ਚਿਹਰਾ ਹੈ, ਰਸ ਬੜਾ ਹੈ ਅਤੇ ਨਿਗਾਹ ਨਹੀਂ ਟਿਕਦੀ। ਕੁਝ ਸਮਾਂ ਉਹ ਖਲੋਤਾ, ਭਾਈ ਮਰਦਾਨਾ ਜੀ ਨੇ ਕੀਰਤਨ ਸ਼ੁਰੂ ਕੀਤਾ, ਉਹਨੇ ਕੀਰਤਨ ਸੁਣਿਆ, ਉਹ ਬੈਠ ਗਿਆ, ਉਹਨੇ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕੀਤੀ। ਨਮਸਕਾਰ ਕਰਕੇ ਉਹ ਤੁਰਨ ਲੱਗਾ, ਕਹਿਣ ਲੱਗਾ, ਅੱਲਾ ਵਾਲਿਓ ਹੁਣ ਮੈਂ ਚੱਲਦਾ। ਉਹਨੂੰ ਮਹਿਸੂਸ ਹੋਇਆ ਕੋਈ ਮਹਾਂਪੁਰਖ ਨੇ, ਮੈਂ ਚੱਲਦਾ। ਸਤਿਗੁਰੂ ਨੇ ਉੱਥੋਂ ਦੀ ਭਾਸ਼ਾ 'ਚ ਕਿਨਹਾ ਆਖਿਆ, ਇਹਦਾ ਭਾਵ ਹੈ ਵੀ ਬਹਿ ਜਾ। ਉਹ ਲਿਖਦਾ ਕਹਿੰਦਾ, ਜਦੋਂ ਉਹਨਾਂ ਕਿਹਾ ਨਾ ਬੈਠ ਜਾ, ਉਹਨਾਂ ਦੇ ਮੇਰੇ ਨਾਲ ਗੱਲ ਕਰਨ ਵਿੱਚ ਰਸ ਇੰਨਾ ਸੀ, ਮੇਰੇ ਕੋਲ ਉੱਠਿਆ ਨਾ ਗਿਆ। ਪਰ ਮੈਨੂੰ ਚਿੰਤਾ ਸਤਾਵੇ, ਮੇਰੀ ਨਮਾਜ਼ ਦਾ ਸਮਾਂ ਹੋ ਗਿਆ ਸੀ, ਸ਼ਾਮ ਦੀ ਨਮਾਜ਼ ਦਾ ਸਮਾਂ ਸੀ। ਕਹਿਣ ਲੱਗਾ, ਅੱਲਾ ਵਾਲਿਓ ਮੈਨੂੰ ਜਾ ਲੈਣ ਦਿਓ, ਮੇਰੀ ਨਮਾਜ਼ ਦਾ ਸਮਾਂ ਹੋ ਗਿਆ। ਅਤੇ ਮਹਾਰਾਜ ਨੇ ਆਖਿਆ, ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਬੈਠ ਜਾਓ। ਕਹਿਣ ਲੱਗਾ, ਮੈਂ ਬੈਠ ਗਿਆ। ਮੈਂ ਆਖਿਆ ਜੀ, ਪਾਣੀ ਦੀ ਭਾਲ ਕਰਨੀ ਹੈ, ਨਮਾਜ਼ ਤੋਂ ਪਹਿਲਾਂ ਹੱਥ ਮੂੰਹ ਧੋਂਦੇ ਆ, ਉਦੂ ਕਰਦੇ ਆ, ਮੈਂ ਜੇ ਉਹ ਕਰਨਾ। ਅਤੇ ਮਹਾਰਾਜ ਕਹਿਣ ਲੱਗੇ, ਨਮਾਜ਼ ਕਰਦਾ, ਅੱਲਾਹ 'ਤੇ ਭਰੋਸਾ ਰੱਖ, ਅੱਲਾਹ ਤੇਰੇ ਵਾਸਤੇ ਪਾਣੀ ਇੱਥੇ ਭੇਜ ਦੇਵੇਗਾ। ਕਹਿੰਦਾ, ਪਤਾ ਨਹੀਂ ਕੀ ਗੱਲ, ਉਹਨਾਂ ਦੀਆਂ ਗੱਲਾਂ ਮੇਰੇ ਸੀਨੇ 'ਤੇ ਵੱਜਣ। ਉਹਨਾਂ ਆਪਦੇ ਸਾਥੀ ਨੂੰ ਆਖਿਆ, ਜਿਹੜਾ ਸਜੰਦਾ ਸੀ, ਜਿਹੜਾ ਸਰੋਤ ਵਜਾਉਂਦਾ ਸੀ, ਰਾਗ ਵਗਾਉਂਦਾ ਸੀ, ਉਹਨਾਂ ਉਹਨੂੰ ਆਖਿਆ ਕਿ ਲਾਗੇ ਚਾਗੇ ਪਾਣੀ ਹੈ। ਉਹ ਕਹਿਣ ਲੱਗਾ, ਨਹੀਂ ਮਹਾਰਾਜ, ਖੁਦਾ ਇਸ ਰੂਪ, ਮੈਂ ਖੁਦ ਪਾਣੀ ਲੱਭਦਾ ਫਿਰਦਾ, ਪਾਣੀ ਨਹੀਂ ਹੈ। ਕਹਿਣ ਲੱਗੇ, ਮਹਾਰਾਜ ਬੈਠੇ ਹੈ, ਅੱਖਾਂ ਬੰਦ ਕੀਤੀਆਂ। ਉਹ ਫਕੀਰ ਲਿਖਦਾ, ਮੈਂ ਉਹਨਾਂ ਦੇ ਦਰਸ਼ਨ ਕਰੀ ਜਾਵਾਂ, ਪਤਾ ਨਹੀਂ ਕੀ ਹੋਇਆ, ਮੈਨੂੰ ਆਪਣੀ ਨਮਾਜ਼ ਦਾ ਚੇਤਾ ਹੀ ਭੁੱਲ ਗਿਆ ਜੀ। ਉਹਨਾਂ ਦੇ ਦਰਸ਼ਨਾਂ 'ਚ ਇੰਨਾ ਜ਼ਿਆਦਾ ਆਨੰਦ ਸੀਗਾ, ਜੀ ਕਿ ਆਖੋ, ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਮੈਨੂੰ ਨਮਾਜ਼ ਦਾ ਚੇਤਾ ਭੁੱਲਿਆ। ਪਰ ਕਹਿਣ ਲੱਗਾ, ਮੈਨੂੰ ਨਹੀਂ ਸੀ ਪਤਾ, ਜਿਹਦੀ ਨਮਾਜ਼ ਕਰਨੀ ਹੈ ਇਹ ਉਹ ਆਪ ਹੀ ਹਨ, ਮੈਨੂੰ ਨਹੀਂ ਸੀ ਪਤਾ। ਮੈਨੂੰ ਨਮਾਜ਼ ਦਾ ਚੇਤਾ ਭੁੱਲ ਗਿਆ, ਜਦੋਂ ਮੈਨੂੰ ਚੇਤਾ ਭੁੱਲ ਗਿਆ ਉਹਨਾਂ ਨੂੰ ਚੇਤਾ ਆਇਆ। ਕਹਿਣ ਲੱਗੇ, ਮਰਦਾਨਿਆ, ਇਹਨੇ ਨਮਾਜ਼ ਕਰਨੀ ਸੂ, ਪਾਣੀ ਚਾਹੀਦਾ, ਸੋਟਾ ਫੜ, ਜਿਹੜਾ ਸਤਿਗੁਰੂ ਜੀ ਦਾ ਸੋਟਾ ਸੀ, ਆਸਾ ਹੱਥ, ਮਹਾਰਾਜ ਆਸਾ ਰੱਖਦੇ ਸਨ, ਸੋਟਾ ਰੱਖਦੇ ਸਨ, ਉਹ ਸਾਹਮਣੇ ਪੱਥਰ ਹੈ, ਪੱਥਰ ਦੀ ਚੋਟੀ 'ਤੇ ਮਾਰਨਾ, ਜ਼ੋਰ ਦੀ ਮਾਰੀ, ਖੁਦਾ ਜਲ ਭੇਜੇਗਾ। ਉਹਨੂੰ ਸੁਣਾ ਕੇ ਕਹਿ ਰਹੇ ਆ ਸਾਧ ਸੰਗਤ ਜੀ। ਉਹ ਲਿਖਦਾ ਕਹਿੰਦਾ, ਜਿਉਂ ਭਾਈ ਮਰਦਾਨਾ ਜੀ ਨੇ ਉਹ ਸੋਟੀ ਮਾਰੀ ਪੱਥਰ ਨਾਲ, ਕਹਿੰਦਾ ਇੱਕਦਮ ਉੱਥੇ ਖੁਸ਼ਕੀ ਪਈ ਸੀਗੀ, ਪਾਣੀ ਦੀ ਆਸ ਕੋਈ ਨਹੀਂ, ਇੱਕਦਮ ਉਸ ਅੱਲਾ ਵਾਲੀ ਰੂਹ ਦੇ ਕਹਿਣ 'ਤੇ ਉੱਥੋਂ ਜਲ ਪ੍ਰਗਟ ਹੋਇਆ। ਜਦੋਂ ਜਲ ਪ੍ਰਗਟ ਹੋਇਆ, ਕਹਿਣ ਲੱਗਾ, ਅਸੀਂ ਤਾਂ ਸਮਾਨ ਸਾਂਭਣ ਲੱਗ ਪਏ, ਨਾਲ ਦਾ ਸਾਥੀ ਵੀ ਸਮਾਨ ਸਾਂਭਦਾ, ਸਜੰਦਾ ਸਾਜ ਸਾਂਭਣ ਲੱਗ ਪਿਆ,
ਮੈਂ ਵੀ ਸਮਾਨ ਸਾਂਭਣ ਲੱਗ ਪਿਆ। ਕਹਿਣ ਲੱਗਾ ਮੈਂ ਵੇਖਿਆ ਉਹ ਥੋੜ੍ਹੀ ਦੂਰ ਸਨ, ਉਹਨਾਂ ਨੇ ਆਪਣੇ ਚਰਨ ਅੱਗੇ ਕੀਤੇ, ਪਾਣੀ ਆਇਆ। ਕਹਿਣ ਲੱਗੇ ਇਸ ਤਰ੍ਹਾਂ ਪਾਣੀ ਆਇਆ ਜਿਵੇਂ ਪਤਾ ਨਹੀਂ ਕਦੋਂ ਕੁ ਦਾ ਵਿਛੜਿਆ ਹੁੰਦਾ, ਪਾਣੀ ਤੇਜ਼ ਆਇਆ। ਉਹ ਗੁਰੂ ਨਾਨਕ ਸਾਹਿਬ, ਉਹ ਹਿੰਦੀ ਪੀਰ ਲਿਖਦਾ, ਕਹਿੰਦਾ ਉਹਨਾਂ ਦੇ ਚਰਨਾਂ ਨਾਲ ਛੂਹ ਕੇ ਉੱਥੇ ਹੀ ਰੁਕ ਗਿਆ। ਕਹਿੰਦਾ ਬੜਾ ਨਜ਼ਾਰਾ ਸੀਗਾ ਵੇਖਣ ਦਾ, ਜਿਵੇਂ ਪਾਣੀ ਇਹਨਾਂ ਤੋਂ ਵਿਛੜਿਆ ਹੋਵੇ। ਕਹਿਣ ਲੱਗਾ ਮੈਂ ਉਜ਼ੂ ਕੀਤਾ, ਮੈਂ ਨਮਾਜ਼ ਪੜ੍ਹਨ ਲੱਗਾ। ਮੈਂ ਆਖਿਆ ਤੁਸੀਂ ਨਹੀਂ ਪੜ੍ਹੋਗੇ? ਉਹ ਕਹਿਣ ਲੱਗੇ ਨਹੀਂ, ਅਸੀਂ ਹੁਣ ਵਾਲੀ ਜਿਹੜੀ ਨਮਾਜ਼ ਹੈ ਉਹ ਅਗਲੇ ਸ਼ਹਿਰ ਵਿੱਚ ਜਾ ਕੇ ਪੜ੍ਹਾਂਗੇ। ਉਹ ਕਹਿਣ ਲੱਗਾ ਮੈਂ ਸੋਚਿਆ ਵੀ ਨਮਾਜ਼ ਦਾ ਤਾਂ ਸਮਾਂ ਹੋ ਗਿਆ, ਇਹ ਕਹਿੰਦੇ ਆ ਅਗਲੇ ਸ਼ਹਿਰ 'ਚ ਜਾ ਕੇ ਨਮਾਜ਼ ਪੜ੍ਹਾਂਗੇ, ਉਦੋਂ ਉਹਨੂੰ ਤਾਂ ਸਮਾਂ ਲੰਘ ਜਾਏਗਾ। ਪਿਆਰਿਓ, ਉਹ ਲਿਖਦਾ, ਉਹ ਕਹਿੰਦਾ ਮੈਂ ਸੋਚਿਆ ਸਮਾਂ ਲੰਘ ਜਾਏਗਾ, ਪਰ ਮੈਂ ਆਖਿਆ ਚਲੋ ਫਕੀਰ ਨੇ, ਸਾਈਂ ਲੋਕ ਨੇ, ਇਹਨਾਂ ਦੀ ਬਾਤ ਆਮ ਪੁਰਸ਼ਾਂ ਵਾਲੀ ਨਹੀਂ। ਕਹਿਣ ਲੱਗਾ ਮੈਂ ਉਜੂ ਕੀਤਾ, ਹੱਥ ਮੂੰਹ ਧੋਤੇ, ਮੈਂ ਬੈਠਣ ਲੱਗਾ। ਮੈਨੂੰ ਉਹਨਾਂ ਆਖਿਆ ਨਮਾਜ਼ ਸ਼ੁਰੂ ਕਰ। ਜਦੋਂ ਨਮਾਜ਼ ਸ਼ੁਰੂ ਕੀਤੀ, ਮੈਂ ਅੱਖਾਂ ਬੰਦ ਕੀਤੀਆਂ, ਮੈਂ ਵੀ ਉਹਨਾਂ ਦੇ ਨਾਲ ਅਗਲੇ ਸ਼ਹਿਰ ਵਿੱਚ ਸਾਂ। ਕਹਿਣ ਲੱਗਾ ਉਹਨਾਂ ਦਾ ਬਚਨ ਸੱਚਾ ਹੋਇਆ, ਅਸੀਂ ਅਗਲੇ ਸ਼ਹਿਰ 'ਚ ਬੈਠੇ ਸਾਂ। ਪਿਆਰੇ, ਉਸ ਫਕੀਰ ਦਾ ਨਾਮ ਹੈ ਤਾਜ਼ਦੀਨ। ਤਾਜ਼ਦੀਨ ਉਸ ਫਕੀਰ ਦਾ ਨਾਮ ਹੈ। ਉਹ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਿਹਾ। ਫਿਰ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ, ਉਹ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਿਹਾ, ਔਰ ਜੋ ਜੋ ਉਹ ਵੇਖਦਾ ਰਿਹਾ ਉਹ ਲਿਖਦਾ ਗਿਆ, ਲਿਖਦਾ ਗਿਆ। ਸਾਡੇ ਗੁਰਮੁਖ ਪਿਆਰੇ ਹੋਏ ਹੈ, ਪਹਿਲਾਂ ਸੱਯਦ ਸਨ, ਫਿਰ ਨਾਮ ਸੰਤ ਕਹਿਣ ਲੱਗ ਪਏ, ਪ੍ਰਿਥੀਪਾਲ ਸਿੰਘ। ਸੱਯਦ ਪ੍ਰਿਥੀਪਾਲ ਸਿੰਘ ਵੀ ਕਹਿੰਦੇ, ਸੰਤ ਪ੍ਰਿਥੀਪਾਲ ਸਿੰਘ ਵੀ ਕਹਿੰਦੇ। ਉਹਨਾਂ ਨੂੰ ਉਹ ਜਿੰਨਾ ਉਹਨੇ ਖਰੜਾ ਲਿਖਿਆ ਸੀ 1927 ਦੇ ਵਿੱਚ ਮਿਲਿਆ ਜੀ। ਫਿਰ ਉਹਨੇ ਉਹਦੀ ਸਾਰੀ ਪੁਸਤਕ ਲਿਖੀ, ਸੱਯਦ ਪ੍ਰਿਥੀਪਾਲ ਸਿੰਘ ਨੇ। ਲੰਡਨ ਵਿੱਚ ਦੱਸਦੇ ਆ, ਮੈਂ ਪੁਸਤਕ ਪੜ੍ਹ ਰਿਹਾ ਸਾਂ, ਉਹਨਾਂ ਦੀ ਯਾਦ ਵਿੱਚ ਗੁਰੂ ਘਰ ਵੀ ਬਣਿਆ ਇੱਕ। ਉਹਨਾਂ ਬੜੇ ਦ੍ਰਿਸ਼ ਲਿਖੇ ਜੀ। ਕਵੀ ਸੰਤੋਖ ਸਿੰਘ ਜੀ ਨੇ ਜਿੰਨਾ ਉਹਨਾਂ ਨੂੰ ਪ੍ਰਾਪਤ ਹੋਇਆ, ਜਿੰਨਾ ਸਤਿਗੁਰਾਂ ਨੇ ਲਿਖਾਇਆ, ਕਵੀ ਸੰਤੋਖ ਸਿੰਘ ਨੇ ਉਹਨਾਂ ਲਿਖਿਆ। ਪਰ ਉਹ ਤਾਜ਼ਦੀਨ ਲਿਖਦਾ, ਕਹਿੰਦਾ ਮੈਂ ਹਿੰਦੀ ਪੀਰ ਦੇ ਨਾਲ ਰਿਹਾ, ਬੜੇ ਹੀ ਨਜ਼ਾਰੇ ਵੇਖੇ ਉਹਨੇ। ਖੁਦ ਉਹ ਮਹਿਸੂਸ ਕਰਦਾ ਸੀ, ਸ਼ਰ੍ਹਾਂ ਦੇ ਲੋਕ ਕੱਟੜ ਮੁਸਲਮਾਨ ਸਨ ਜਿਹੜੇ, ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਈ ਸਹੀ ਨਹੀਂ ਵੀ ਕਹਿੰਦੇ ਸਨ, ਪਰ ਉਹ ਲਿਖਦਾ ਜਿੰਨੇ ਉਹਨਾਂ ਨੂੰ ਸਹੀ ਨਹੀਂ ਸੀ ਕਹਿੰਦੇ, ਸਾਰਿਆਂ ਨੇ ਅਖੀਰ 'ਤੇ ਖੁਦਾ ਦਾ ਰੂਪ ਜਾਣ ਕੇ ਉਹਨਾਂ ਦੇ ਅੱਗੇ ਦੁਆ ਸਲਾਮ ਕੀਤੀ ਜੀ। ਜਿੰਨੇ ਕਹਿਣ ਲੱਗਾ, ਕਹਿਣ ਲੱਗਾ ਲੋਕ ਬੁਰੇ ਭਲਿਆ ਵੀ ਬੋਲਦੇ, ਅਤੇ ਉਹ ਲਿਖਦਾ ਕਹਿੰਦਾ ਕਈ ਘਰ ਕਈ ਵਾਰ ਉਹਨਾਂ ਕਰਕੇ ਮੈਂ ਵੀ ਆਪਣੇ ਪ੍ਰਤੀ ਬੁਰੇ ਭਲੇ ਬੋਲ ਸੁਣੇ ਹੈ, ਪਰ ਮੈਨੂੰ ਉਹਨਾਂ ਦੇ ਕੋਲ ਬੈਠਿਆਂ ਸਵਾਦ ਆਉਂਦਾ ਸੀਗਾ, ਮੈਂ ਉਹਨਾਂ ਦੀ ਸੋਭਤ ਨਹੀਂ ਛੱਡੀ, ਉਹਨਾਂ ਦੀ ਸੰਗਤ ਨਹੀਂ ਛੱਡੀ। ਉਹਨੇ ਬੜੇ ਸਮਾਚਾਰ ਲਿਖੇ, ਮੈਂ ਇੱਕ ਸਮਾਚਾਰ ਕਹਿ ਕੇ ਫਿਰ ਆਪਾਂ ਕੱਲ੍ਹ ਨੂੰ ਵੀ ਪ੍ਰਸੰਗ ਸਰਵਣ ਕਰਨੇ। ਇਲਾਕਾ ਬੜਾ ਵੱਡਾ, ਈਰਾਨ ਹੈ, ਮੁਲਤਾਨ ਹੈ, ਸਾਰੇ ਇਲਾਕਿਆਂ 'ਚ ਮਹਾਰਾਜ ਨੇ ਜਾਣਾ। ਤਾਜ਼ਦੀਨ ਲਿਖਦਾ, ਕਹਿੰਦਾ ਮਹਾਰਾਜ ਇੱਕ ਇਲਾਕੇ ਵਿੱਚ ਗਏ ਹੈ, ਉੱਥੇ ਕਬਰਸਤਾਨ 'ਚ ਬੈਠ ਕੇ ਕੀਰਤਨ ਕੀਤਾ, ਰਾਗ ਗਾਏ, ਜਿਵੇਂ ਇਹ ਰਾਗ ਪਸੰਦ ਨਹੀਂ ਸੀ ਕਰਦੇ, ਉਹ ਵੀ ਰਾਗ ਨਹੀਂ ਸੀ ਪਸੰਦ ਕਰਦੇ। ਉਹਨਾਂ ਰੌਲਾ ਪਾਇਆ ਉੱਥੋਂ ਦੇ ਸ਼ਰਈ ਲੋਕਾਂ ਨੇ। ਪਰ ਤਾਜ਼ਦੀਨ ਲਿਖਦਾ ਜਿਹੜੇ ਸ਼ਰਧਾਲੂ ਸਨ, ਵਹੀਰਾਂ ਘੱਤ ਕੇ ਆਉਣ ਲੱਗ ਪਏ, ਬੜੇ ਲੋਕ ਉੱਥੇ ਆਏ। ਉੱਥੋਂ ਦਾ ਜਿਹੜਾ ਮੁਖੀ ਸੀ, ਕਹਿਣ ਲੱਗਾ ਉਹਨੇ ਮਹਾਰਾਜ ਲਈ ਕਾਫਰ ਸ਼ਬਦ ਵਰਤਦਾ ਵੀ ਇਹ ਕਾਫਰ ਹੈ, ਇਹ ਗਲਤ ਕੰਮ ਕਰਦੇ ਹੈ। ਕਹਿਣ ਲੱਗੇ ਲੋਕ ਇਕੱਠੇ ਹੋ ਕੇ ਗੁਰੂ ਸਾਹਿਬ ਕੋ ਆਏ, ਕਹਿਣ ਲੱਗੇ ਅਸੀਂ ਮੁਖੀ ਨੂੰ ਸਮਝਾਉਂਦੇ ਹਾਂ। ਮਹਾਰਾਜ ਕਹਿੰਦੇ ਬਿਲਕੁਲ ਨਹੀਂ,
ਇਹ ਬੰਦਗੀ ਕਰਨ ਦਾ ਸਮਾਂ ਮਿਲਿਆ, ਮਨੁੱਖਾ ਸਰੀਰ ਬੰਦਗੀ ਕਰੋ। ਕਹਿਣ ਲੱਗਾ ਅਸੀਂ ਸਾਰੇ ਵੇਖਦੇ ਹੁੰਦੇ ਸੀ। ਕੁਝ ਦਿਨ ਹੋਏ, ਹਫ਼ਤੇ ਲੰਘੇ, ਸਤਸੰਗ ਹੋ ਰਿਹਾ ਸੀ। ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਇੱਕ ਨੇ ਕਿਹਾ, ਜੀ ਜਿਹਨੇ ਤੁਹਾਨੂੰ ਕਾਫਰ ਕਿਹਾ, ਉਹਦੇ ਪੇਟ 'ਚ ਸੂਲ ਉੱਠਿਆ, ਦਰਦ ਉੱਠੀ ਹੈ, ਤਿੰਨ ਦਿਨ ਤੋਂ ਤੜਪ ਰਿਹਾ, ਮਰਨ ਦੀ ਸੇਜਾ 'ਤੇ ਪਿਆ ਹੋਇਆ, ਅਤੇ ਉਹ ਹੋ ਸਕਦਾ ਕਿਸੇ ਵੇਲੇ ਵੀ ਮਰ ਜਾਏ। ਸਾਰੇ ਕਹਿਣ ਲੱਗਾ, ਤਾਜ਼ਦੀਨ ਕਹਿੰਦਾ ਸਾਰੇ ਖੁਸ਼ ਹੋ ਗਏ, ਚੰਗਾ ਹੋਇਆ ਉਹਨੇ ਸਾਡੇ ਹਿੰਦੀ ਪੀਰ ਨੂੰ ਕਾਫਰ ਆਖਿਆ, ਉਹਨੂੰ ਮਰ ਜਾਣਾ ਚਾਹੀਦਾ। ਪਰ ਤਾਜ਼ਦੀਨ ਲਿਖਦਾ, ਗੁਰੂ ਨਾਨਕ ਸਾਹਿਬ ਚੁੱਪ ਹੋ ਗਏ। ਮਹਾਰਾਜ ਮਰਦਾਨੇ ਨੂੰ ਕਹਿਣ ਲੱਗੇ, ਥੋੜ੍ਹਾ ਜਿਹਾ ਮੁਸਕੁਰਾ ਕੇ। ਮਹਾਰਾਜ ਕਹਿੰਦੇ, ਮਰਦਾਨੇ ਆ ਤੈਂ ਸੁਣਿਆ? ਮਰਦਾਨਾ ਜੀ ਕਹਿੰਦੇ, ਮਹਾਰਾਜ ਸੁਣਿਆ, ਖੁਦਾਏ ਦੇ ਲੋਕਾਂ ਨੂੰ ਤੰਗ ਕਰਨ ਵਾਲਾ ਮਰ ਜਾ ਸੀ, ਜਿਹੜਾ ਰੱਬ ਦੇ ਪਿਆਰਿਆਂ ਨੂੰ ਤੰਗ ਕਰੇ ਉਹ ਮਰ ਹੀ ਜਾਂਦਾ। ਪਰ ਗੁਰੂ ਨਾਨਕ ਸਾਹਿਬ ਉੱਠੇ, ਕਹਿਣ ਲੱਗੇ, ਮਰਦਾਨਿਆ ਉੱਠ ਚੱਲੀਏ। ਕਹਿਣ ਲੱਗੇ, ਮਹਾਰਾਜ ਕਿੱਧਰ ਜਾਣਾ? ਸਤਿਗੁਰੂ ਕਹਿਣ ਲੱਗੇ, ਉਹਦੇ ਕੋਲ ਚੱਲੀਏ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ, ਉਹਦੇ ਕੋਲ ਚੱਲੀਏ। ਕਹਿਣ ਲੱਗਾ, ਮਹਾਰਾਜ ਸੰਗਤ ਬੈਠੀ ਹੈ, ਆਪ ਮਿਹਰ ਦੀ ਨਿਗਾਹ ਨਾਲ ਇਹਨਾਂ ਵੱਲ ਵੇਖੋ। ਮਹਾਰਾਜ ਕਹਿਣ ਲੱਗੇ, ਮਰਦਾਨਿਆ ਇਹਨਾਂ ਨਾਲੋਂ ਉਹਨੂੰ ਸਾਡੀ ਜ਼ਿਆਦਾ ਲੋੜ ਹੈ, ਚੱਲ ਉਹਦੇ ਕੋਲ ਚੱਲੀਏ। ਕਹਿਣ ਲੱਗਾ, ਮੈਂ ਵੀ ਹੈਰਾਨ, ਲੋਕ ਵੀ ਹੈਰਾਨ, ਉਹ ਗੁਰੂ ਨਾਨਕ ਸਾਹਿਬ ਨੂੰ ਬੁਰਾ ਬੋਲਦਾ, ਗੁਰੂ ਨਾਨਕ ਸਾਹਿਬ ਉਹਦੇ ਕੋਲ ਜਾਂਦੇ। ਮਹਾਰਾਜ ਕਹਿੰਦੇ, ਉਹਨੂੰ ਸਾਡੀ ਲੋੜ ਹੈ। ਪਿਆਰਿਓ ਤਾਜ਼ਦੀਨ ਕਹਿੰਦਾ, ਮੈਂ ਨਾਲ ਗਿਆ, ਨਾਲ ਸਾਥੀ ਮਹਾਰਾਜ ਦੇ ਗਏ, ਸਤਿਗੁਰੂ ਉਹਦੇ ਘਰ ਦੇ ਬਾਹਰ ਖਲੋ ਕੇ ਜਾ ਕੇ ਬਾਹਰ ਖਲੋ ਕੇ ਜਾ ਆਵਾਜ਼ ਦਿੱਤੀ। ਉਹਦੀ ਬੱਚੀ ਬਾਹਰ ਆਈ, ਉਹਦੀ ਬੱਚੀ ਪੁੱਛਦੀ, ਹਾਂਜੀ ਦੱਸੋ। ਮਹਾਰਾਜ ਨੇ ਆਖਿਆ, ਜਾ ਬੇਟਾ ਅੰਦਰ ਆਪਣੇ ਪਿਤਾ ਨੂੰ ਕਹਿ, ਨਾਨਕ ਫਕੀਰ ਆਇਆ ਹੈ। ਉਹਨੇ ਜਾ ਕੇ ਆਪਣੇ ਪਿਤਾ ਨੂੰ ਦੱਸਿਆ ਵੀ ਨਾਨਕ ਫਕੀਰ ਆਏ ਤੁਹਾਡਾ ਪਤਾ ਲੈਣ। ਉਹਨੇ ਸੁਣਦਿਆਂ ਸਾਰ ਗੁਰੂ ਨਾਨਕ ਸਾਹਿਬ ਲਈ ਬੁਰੇ ਸ਼ਬਦ ਬੋਲਣੇ ਸ਼ੁਰੂ ਕਰਤੇ, ਮੰਜੀ 'ਤੇ ਪਿਆ 'ਚ ਫਿਰ ਵੀ ਬੁਰੇ ਬੋਲ ਬੋਲਣੇ ਸ਼ੁਰੂ ਕਰਤੇ ਵੀ ਉਹ ਕਿੱਧਰੋਂ ਆ ਗਏ। ਕਹਿਣ ਲੱਗੇ, ਉਹ ਤਾਂ ਮੇਰੇ ਮੱਥੇ ਹੀ ਨਾ ਲੱਗਣ, ਮੈਂ ਤਾਂ ਆਪ ਕਾਫਰ ਆਖਿਆ, ਭੇਜ ਦੇ ਉਹਨਾਂ ਨੂੰ। ਉਹਨੇ ਬੜੇ ਬੁਰੇ ਬੋਲ ਬੋਲੇ ਜੀ, ਕਿਤਾਬ 'ਚ ਲਿਖੇ ਸਾਰੇ। ਜਦੋਂ ਉਹ ਬੁਰੇ ਬੋਲ ਬੋਲਦਾ, ਬੱਚੀ ਬਾਹਰ ਆਉਂਦੀ ਹੈ, ਬੱਚੀ ਇੱਕਦਮ ਮਹਾਰਾਜ ਦੇ ਚਿਹਰੇ ਵੱਲ ਵੇਖਦੀ। ਗੁਰੂ ਨਾਨਕ ਸਾਹਿਬ ਨੇ ਦ੍ਰਿਸ਼ਟੀ ਪਾਈ, ਬੱਚੀ ਨੂੰ ਸੋਝੀ ਹੋ ਗਈ ਜੀ। ਬੱਚੀ ਕਹਿਣ ਲੱਗੀ, ਜੀ ਉਹਦੇ ਉਸੇ ਵੇਲੇ ਕਹਿਣ ਦਾ ਤਰੀਕਾ, ਉਹਦੇ ਇੰਪ੍ਰੈਸ਼ਰ ਬਦਲ ਗਏ ਬੱਚੀ ਦੇ। ਕਹਿਣ ਲੱਗੀ, ਮੇਰਾ ਅੱਬਾ ਬਹੁਤ ਮਾੜਾ ਬੋਲਦਾ, ਪਰ ਮੈਂ ਉਹ ਬੋਲ ਬੋਲ ਨਹੀਂ ਸਕਦੀ ਜਿਹੜੀ ਮੇਰਾ ਅੱਬਾ ਤੁਹਾਡੇ ਵਾਸਤੇ ਵਰਤ ਰਿਹਾ। ਪਰ ਇੱਕ ਕੰਮ ਕਰੋ, ਤੁਸੀਂ ਇੱਥੋਂ ਚਲੇ ਜਾਓ। ਮਹਾਰਾਜ ਕਹਿੰਦੇ, ਨਹੀਂ, ਅਸੀਂ ਤੇਰੇ ਅੱਬਾ ਨੂੰ ਮਿਲਣਾ, ਉਹਨੂੰ ਆਖ ਇੱਕ ਵਾਰੀ ਸਾਨੂੰ ਮਿਲੇ। ਉਹ ਕਹਿਣ ਲੱਗੀ, ਆਪਣੇ ਪਿਤਾ ਕੋਲ ਗਈ, ਕਹਿਣ ਲੱਗੀ, ਅੱਬਾ ਉਹ ਮਿਲਣਾ ਚਾਹੁੰਦੇ ਆ। ਕਹਿਣ ਲੱਗਾ, ਬਿਲਕੁਲ ਨਹੀਂ, ਤੈਨੂੰ ਆਖਿਆ ਨਹੀਂ ਆਉਣ ਦੇਣਾ। ਉਹ ਫਿਰ ਗਈ, ਕਹਿੰਦੀ, ਬਿਹਤਰ ਇਹੋ ਹੀ ਹੈ ਤੁਸੀਂ ਇੱਥੋਂ ਚਲੇ ਜਾਓ, ਉਹ ਬੜਾ ਹੀ ਬੁਰਾ ਬੋਲਦਾ। ਮਹਾਰਾਜ ਕਹਿੰਦੇ, ਬੇਟੀ ਨਹੀਂ, ਦੋ ਵਾਰ ਹੋ ਗਿਆ ਨਾ। ਸਤਿਗੁਰੂ ਕਹਿਣ ਲੱਗੇ, ਬੇਟੀ ਉਹਨੂੰ ਆਖੀ, ਹੁਣ ਅਸੀਂ ਤੇਰੇ ਪੱਖ ਵਿੱਚ ਆਏ ਹਾਂ। ਉਹਨੇ ਜਦੋਂ ਜਾ ਕੇ ਬੇਟੀ ਨੇ ਆਖਿਆ ਨਾ ਵੀ ਮੇਰੇ ਪੱਖ 'ਚ ਆਏ, ਬੇਟੀ ਨੇ ਆਖਿਆ, ਪਿਤਾ ਜੀ ਤੁਹਾਡੇ ਪੱਖ 'ਚ ਆਏ ਆ। ਉਹ ਸੁਣ ਕੇ ਖੁਸ਼ ਹੋ ਗਿਆ, ਕਹਿਣ ਲੱਗਾ, ਹੋ ਸਕਦਾ ਮੁਸਲਮਾਨ ਬਣਨ ਆਏ ਹੋਣ, ਧਰਮ ਦਾ ਇੰਨਾ ਪੱਕਾ। ਕਹਿਣ ਲੱਗਾ, ਜਿਹੜਾ ਮੁਸਲਮਾਨ ਬਣਾ ਹੈ ਉਹਦਾ ਸਤਿਕਾਰ ਕਰਨਾ ਚਾਹੀਦਾ, ਇਹ ਤਾਂ ਫਿਰ ਪੀਰ ਨੇ, ਖੁਦਾ ਦੇ ਬੰਦੇ ਹੈ। ਉਹਨੇ ਆਪਣੀ ਪੱਗ ਭੇਜੀ ਬੇਟੀ ਹੱਥ, ਕਹਿਣ ਲੱਗਾ, ਬੇਟੀ ਇਹ ਪੱਗ ਰਾਹ 'ਚ ਵਿਛਾ ਦੇ, ਉਹਨਾਂ ਨੂੰ ਆਖੋ ਮੇਰੀ ਪੱਗ 'ਤੇ ਤੁਰ ਕੇ ਆਉਣ। ਪੱਗ ਉਹਨੇ ਵਿਛਾ ਤੀ। ਕਹਿਣ ਲੱਗੀ, ਮੇਰੇ ਅੱਬਾ ਨੇ ਕਿਹਾ ਤੁਸੀਂ ਅੰਦਰ ਆ ਜਾਓ, ਪੱਗ ਵਿਛਾ ਦਿੱਤੀ।
ਤੇ ਤਾਰ ਦਿਨ ਲਿਖਦਾ ਕਹਿੰਦਾ ਕਿਆ ਨਜ਼ਾਰਾ ਹੈ ਗੁਰੂ ਨਾਨਕ ਸਾਹਿਬ ਤੁਰੇ ਪਰ ਉਹਦੀ ਪੱਗ ਤੇ ਪੈਰ ਰੱਖਿਆ ਕੋਈ ਨਹੀਂ ਚਰਨ ਨਹੀਂ ਰੱਖੇ ਮਹਾਰਾਜ ਨਾਲ ਨਾਲ ਤੁਰੇ ਨਾਲ ਨਾਲ ਤੁਰਦੇ ਗਏ ਉਹਦੀ ਪੱਗ ਨਾਲ ਨਾਲ ਇਕੱਠੀ ਕਰਦੇ ਗਏ ਤੁਰਦੇ ਗਏ ਇਕੱਠੀ ਕਰਦੇ ਗਏ ਤੁਰਦੇ ਗਏ ਇਕੱਠੀ ਕਰਦੇ ਗਏ ਜਦੋਂ ਉਹਦੇ ਸਾਹਮਣੇ ਪਹੁੰਚੇ ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਨਾਲ ਵੇਖਿਆ ਉਸੇ ਵੇਲੇ ਉਹਦਾ ਮਨ ਬਦਲ ਗਿਆ ਜੀ ਉਹ ਬੜਾ ਕੱਟੜ ਤਾਰ ਦਿਨ ਲਿਖਦਾ ਬਿਮਾਰ ਹੋਇਆ ਪਿਆ ਜਾਨ ਨਹੀਂ ਹੈ ਸਰੀਰ 'ਚ ਸੂਲ ਉੱਠਦੇ ਆ ਪੇਟ 'ਚ ਉੱਠ ਨਹੀਂ ਸੀ ਸਕਦਾ ਪਰ ਉਹਨੇ ਯਤਨ ਕੀਤਾ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ ਉਹ ਮੰਜੇ ਤੋਂ ਉੱਠ ਕੇ ਬੈਠਾ ਮਹਾਰਾਜ ਖਲੋਤੇ ਸਨ ਗੁਰੂ ਨਾਨਕ ਸਾਹਿਬ ਨੇ ਛਾਤੀ ਨਾਲ ਲਾ ਲਿਆ ਜੀ ਕਹਿੰਦੇ ਜਦੋਂ ਛਾਤੀ ਨਾਲ ਲਾਇਆ ਉਹਨੂੰ ਕੁਝ ਵੇਖਦਾ ਕੀ ਵੇਖਦਾ ਉਹਨੂੰ ਇਉਂ ਵੇਖਦਾ ਵੀ ਆਵਾਜ਼ਾਂ ਆ ਰਹੀਆਂ ਮੈਨੂੰ ਲੈ ਕੇ ਜਾ ਰਹੇ ਹੈ ਤਾੜਨਾ ਨਾਲ ਇੱਕ ਬੰਨੇ ਦੋਜਕ 'ਚ ਖੜ ਰਹੇ ਹੈ ਪਿੱਛੋਂ ਆਵਾਜ਼ ਆਈ ਹੈ ਨਹੀਂ ਇਹਨੂੰ ਹੁਣ ਦੋਜਕ ਦੇ ਵਿੱਚ ਨਹੀਂ ਇਹਨੂੰ ਨਰਕਾਂ 'ਚ ਨਹੀਂ ਪਾਉਣਾ ਇਹਨੂੰ ਖੁਦਾ ਦੀ ਬਾਰਗਾਹ ਵਿੱਚ ਲੈ ਜਾਓ ਕਿਉਂਕਿ ਧਰਤੀ 'ਤੇ ਖੁਦ ਖੁਦਾ ਗੁਰੂ ਨਾਨਕ ਦੇ ਇਹਨੂੰ ਦਰਸ਼ਨ ਹੋ ਗਏ ਹੈ ਬੋਲ ਕੇ ਦੱਸਦਾ ਕਹਿੰਦਾ ਮੈਨੂੰ ਆਵਾਜ਼ ਆ ਰਹੀ ਹੈ ਇਹਨੂੰ ਇਹਨੂੰ ਦੋਜਕਾਂ 'ਚ ਨਹੀਂ ਖੜਨਾ ਇਹਨੂੰ ਨਰਕਾਂ 'ਚ ਨਹੀਂ ਲੈ ਕੇ ਜਾਣਾ ਇਹਨੂੰ ਖੁਦਾ ਦੀ ਬਾਰਗਾਹ ਵਿੱਚ ਲੈ ਜਾਓ ਕਿਉਂਕਿ ਇਹਨੂੰ ਗੁਰੂ ਨਾਨਕ ਦੇ ਦਰਸ਼ਨ ਹੋ ਰਹੇ ਹੈ ਇਹ ਗੱਲ ਕਹਿੰਦੇ ਆਈ ਉਹ ਸਰੀਰ ਤਿਆਗ ਗਿਆ ਉਹਦਾ ਸਰੀਰ ਸ਼ਾਂਤ ਹੋ ਗਿਆ ਕਹਿਣ ਲੱਗੇ ਸਾਰਾ ਬਗਦਾਦ ਵਾਹਿਗੁਰੂ ਉਹ ਸਾਰਾ ਇਲਾਕਾ ਜਿੱਥੇ ਮਹਾਰਾਜ ਗਏ ਸਨ ਉਹ ਸਾਰਾ ਇਲਾਕਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭੌਰਾ ਹੋ ਗਿਆ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਕੁਫਰ ਕਹਿੰਦਾ ਸੀ ਕਾਫਰ ਕਹਿੰਦਾ ਸੀ ਕੁਫਰ ਬੋਲਦੇ ਆ ਸਰੀਰ ਉਹਨਾਂ ਚਿਰ ਸ਼ਾਂਤ ਨਹੀਂ ਹੋਇਆ ਜਿੰਨਾ ਚਿਰ ਤੱਕ ਗੁਰੂ ਨਾਨਕ ਦੇ ਦੀਦਾਰ ਨਹੀਂ ਕਰ ਲਏ ਜੀ ਇਸ ਤਰੀਕੇ ਨਾਲ ਮਹਾਰਾਜ ਬੜੀਆਂ ਹੀ ਥਾਵਾਂ 'ਤੇ ਗਏ ਗੁਰੂ ਨਾਨਕ ਸਾਹਿਬ ਬੜਾ ਹੀ ਭਲਾ ਕੀਤਾ ਸਤਿਗੁਰੂ ਨੇ ਸਾਨੂੰ ਸਾਰੀਆਂ ਗੱਲਾਂ ਦਾ ਨਹੀਂ ਪਤਾ ਲੱਗਦਾ ਪਰ ਮਹਾਰਾਜ ਬੜੀਆਂ ਹੀ ਥਾਵਾਂ 'ਤੇ ਗਏ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਤਾਸ ਦੀਨ ਫਕੀਰ ਹੋਰ ਘਟਨਾਵਾਂ ਲਿਖਦਾ ਉਹ ਨਾਲ ਨਾਲ ਆਪਾਂ ਉਹਦਾ ਜ਼ਿਕਰ ਕਰੀ ਚੱਲਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।